ਤੁਹਾਡੀ ਐਸੀ ਕਿਹੜੀ ਖਬਰ ਲੱਗ ਗਈ ਜਿਹਦੇ ਨਾਲ ਤਤਕਾਲੀ ਡੀਜੀਪੀ ਕੇਪੀਐਸ ਗਿੱਲ ਨਾਰਾਜ਼ ਹੋ ਗਏ ਤੇ ਤੁਹਾਡੇ ਤੁਹਾਨੂੰ ਡਾਰੀ ਬਣਿਆ ਰਿਆ ਸਾਰੀ ਰਾਤ ਬਲਿਤ ਪੁਲਿਸ ਵਾਲੇ ਸੀ ਉਹਨਾਂ ਦੀਆਂ ਫੈਮਲੀਆ ਨੂੰ ਮਾਰ ਦਿੱਤਾ ਕੇਪੀਐਸ ਗਿੱਲ ਨੇ ਸਵੇਰੇ ਇੰਡੀਅਨ ਐਕਸਪ੍ਰੈਸ ਪੜ੍ਹੀ ਨੈਕਸਟ ਡੇ ਇੱਕ ਦਿਨ ਛੱਡ ਕੇ ਉਸ ਤੋਂ ਅਗਲੇ ਦਿਨ ਕੇਪੀਐਸ ਗਿੱਲ ਆ ਗਿਆ ਤੇ ਫਿਰ ਉਹਨੂੰ ਐ ਕਿਹਾ ਬੈਠ ਜਾ ਮੈਂ ਉਹਦੇ ਨਾਲ ਬੈਠਾ ਸੀ ਮੈਂ ਦੇਖਿਆ ਉਹਦੀਆਂ ਲੱਤਾਂ ਵੀ ਕੰਬ ਰੀਆਂ ਮੈਂ ਉਸ ਦਿਨ ਫੈਸਲਾ ਕਰ ਲਿਆ ਵੀ ਜੇ ਮੇਰੀ ਬੇਇੱਜ਼ਤੀ ਕਰੇਗਾ ਕੇਪੀਐਸ ਗਿੱਲ ਤੇ ਮੈਂ ਆਮੋ ਸਾਹਮਣੇ ਹੋ ਜਾਵਾਂਗਾ ਇਹ ਬੁੱਧਾ ਜੀਣਾ ਵੀ ਕੀ ਜੀ ਹੋਇਆ ਇੰਨੇ ਬੰਦੇ ਮਰ ਗਏ ਕੋਰ ਮਰ ਜਾਏਗਾ ਚੰਚਲ ਮਨੋਤ ਸਿੰਘ ਤੇ ਕੋਈ ਫਰਕ ਨਹੀਂ ਪੈਂਦਾ ਹੂ ਇਜ਼ ਥਿਸ ਇੰਡੀਅਨ ਐਕਸਪ੍ਰੈਸ ਮੈਨ ਮੈਂ ਖੜਾ ਹੋ ਗਿਆ ਜਦੋਂ ਉਹਦੀ ਗੱਲ ਖਤਮ ਹੋ ਗਈ ਤੇ ਮੈਂ ਉਹਨੂੰ ਕਹਿਆ ਵੀ ਮੈਂ ਕੁਝ ਕਹਿਣਾ ਇਹ ਉਹਨੇ ਕਦੀ ਫੇਸ ਨਹੀਂ ਕੀਤਾ ਆਪਣੇ ਪੂਰੇ ਕੈਰੀਅਰ 'ਚ ਜੋ ਮੈਂ ਉਹਨੂੰ ਕਿਹਾ ਮੈਂ ਕਿ ਤੁਸੀਂ ਬੰਦੇ ਰੱਖੇ ਇਨਕਸਾਈ ਮੁੰਡਿਆਂ ਨੂੰ ਮਾਰ ਕੇ ਲਾਸ਼ਾਂ ਕੱਟ ਕੇ ਬਿਆਸ 'ਚ ਸੁੱਟਦੇ ਤੇ ਮੈਂ ਤਾਂ ਕਦੀ ਲਿਖਿਆ ਨਹੀਂ ਨਾ ਹੀ ਉਹ ਛਪਣਾ ਹੈ ਤੇ ਨਾ ਕੋਈ ਛਾਪਦਾ ਤੇ ਮੈਂ ਖਾਲਸਤਾਨੀਆਂ ਦਾ ਕਿਵੇਂ ਪਹਿਲੀ ਵਾਰੀ ਕੇਪੀਐਸ ਗਿਲ ਦਾ ਹੱਥ ਮੁੱਛਾਂ ਤੱਕ ਐ ਕਮਲਾ ਦੇਖਿਆ ਉਹ ਅਲਕੋਹਲਿਕ ਤੇ ਸੀ ਤੇ ਉਹ ਉਹਦਾ ਟਿਕ ਨਹੀਂ ਸੀ ਰਿਹਾ ਵੀ ਇਹ ਬੰਦਾ ਖੜਾ ਸਾਹਮਣੇ ਇਹਨੇ ਮੇਰੇ ਮੂੰਹ ਤੇ ਕੀ ਕਹਿ ਦਿੱਤਾ ਐ ਸਨਾਟਾ ਛਾਇਆ ਹੋਇਆ ਸੀ ਕਿ ਜਿਵੇਂ ਕੋਈ ਮਰ ਗਿਆ ਤੇ ਹੁਣ ਕਿਸੇ ਨੇ ਕੁਸਕਣਾ ਵੀ ਭਾਈ ਸ਼ਾਮ ਨੂੰ ਮੈਨੂੰ ਟੈਲੀਫੋਨ ਆਣੀਆਂ ਸ਼ੁਰੂ ਹੋ ਗਈਆਂ ਪੱਤਰਕਾਰਾਂ ਦੀ ਵੀ ਤੈਨੂੰ ਮਾਰ ਦੇਗਾ ਤੂੰ ਚੰਡੀਗੜ੍ਹ ਚਲਾ ਜਾ ਮੈਂ ਯਾਰ ਚੰਡੀਗੜ੍ਹ ਵੀ ਮਾਰ ਦੇਗਾ ਜੇ ਉਹ ਕੇ ਪੀਐਸ ਗਿੱਲ ਨੇ ਮਾਰਨਾ ਤੇ ਕਾਫੀ ਔਖੀ ਬੀਤੀ ਰਾਤ ਮੇਰੀ ਤੇ ਮੈਨੂੰ ਸਾਰੀ ਤਰ੍ਹਾਂ ਦੇ ਖਿਆਲ ਆਉਂਦੇ ਹੁੰਦੇ ਮੇਰੇ ਹਰ ਤਰ੍ਹਾਂ ਦੇ ਖਿਆਲ ਆਏ ਮਾਂ ਉਹ ਤੂੰ ਮੀਟ ਲੈ ਗਿਆ ਕਿਲੋ ਮੈਂ ਉਹ ਮੇਰਾ ਜੋਕੀਦਾਰ ਹੁੰਦਾ ਹੀ ਮੈਂ ਉਹਨੂੰ ਕਿਹਾ ਤੂੰ ਮੀਟ ਬਣਾ ਮੈਂ 12:00 ਵਜੇ ਤੱਕ ਸੁੱਤਾ ਨਹੀਂ ਖਾਂਦਾ ਪੀਂਦਾ ਰਿਹਾ ਤੇ ਫਿਰ ਪਤਾ ਨਹੀਂ ਲੱਗਿਆ ਕਿਹੜੇ ਵੇਲੇ ਸੋ ਗਿਆ ਸਵੇਰੇ ਮੈਂ ਉੱਠਿਆ 6-7 ਵਜੇ ਤੇ ਮੈਂ ਖਿੜਕੀ ਖੋਲੀ ਬਾਹਰ ਦੇਖਿਆ ਤੇ ਪੰਜਾਬ ਨੇ ਇੱਕ ਹੰਡਾਇਆ ਅਜਿਹਾ ਦੌਰ ਜਿਸ ਦੇ ਵਿੱਚ ਕਈ ਕਹਾਣੀਆਂ ਛਪੀਆਂ ਰਹਿ ਗਈਆਂ ਪਰ ਉਹਨਾਂ ਨੂੰ ਲਿਆਉਣਾ ਸਾਹਮਣੇ ਜ਼ਰੂਰੀ ਹੈ ਤਾਂ ਕਿ ਉਸ ਤੋਂ ਸੇਧ ਲੈ ਸਕੀਏ ਗੱਲ ਕਰ ਰਿਹਾ ਮੈਂ ਉਸ ਦੌਰ ਦੀ तकरीबन 1975 ਤੋਂ ਲੈ ਕੇ 1995 ਤੱਕ ਦੇ 20 ਸਾਲ तकरीबन ਉਸੀ ਪੰਜਾਬ ਨੇ ਜਿਨ੍ਹਾਂ ਨੇ ਦੇਖੇ ਉਹ ਬਖੂਬੀ ਜਾਣਦੇ ਨੇ ਜਿਨ੍ਹਾਂ ਨੇ ਨਹੀਂ ਦੇਖੇ ਉਹ ਇੰਟਰਵਿਊ ਜਾਂ ਕਿਤਾਬਾਂ ਉਸ ਦਾ ਜ਼ਰੀਆ ਬਣਦੀਆਂ ਨੇ ਮੈਂ ਗੱਲ ਕਰ ਰਿਹਾ ਅੱਜ ਖਾਕੀ ਖੜਕੂ ਤੇ ਕਲਮ ਕਿਤਾਬ ਦੀ ਜੋ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਭੁੱਲਰ ਦੀ ਕਲਮ ਚੋਂ ਲਿਖੀ ਗਈ ਪਰ ਉਸ ਦੇ ਵਿੱਚ ਜੋ ਕਹਾਣੀਆਂ ਨੇ ਉਹ ਉਹਨਾਂ ਪੱਤਰਕਾਰਾਂ ਦੀਆਂ ਨੇ ਜਿਨ੍ਹਾਂ ਨੇ ਆਪਣੀ ਜਾਨ ਸੂਲੀ ਤੇ ਟੰਗ ਕੇ ਪੱਤਰਕਾਰੀ ਕੀਤੀ ਜਾਇ ਕਹਿ ਲਿਏ ਕਿਤੇ ਨਾ ਕਿਤੇ ਦਲੇਰੀ ਦੇ ਨਾਲ ਡਟੇ ਰਹੇ ਮੈਦਾਨ ਦੇ ਵਿੱਚ ਅੱਜ ਜਿਹੜੀ ਕਹਾਣੀ ਤੁਹਾਡੇ ਨਾਲ ਸਾਂਝੀ ਕਰਾਂਗੇ ਉਹ ਸੀਨੀਅਰ ਪੱਤਰਕਾਰ ਚੰਚਲ ਮਨੋਰ ਸਿੰਘ ਜੀ ਨੇ ਜਿਨ੍ਹਾਂ ਦਾ ਸਫਰ 4 ਦਹਾਕਿਆਂ ਤੋਂ ਲੰਮਾ ਹੈ ਪੱਤਰਕਾਰੀ ਦੇ ਨਾਲ ਪਰਨਾਏ ਹੋਏ ਨੇ ਅੱਜ ਵੀ ਤੇ ਅੱਜ YouTube Facebook ਇੱਕ ਅਫੀਸ਼ੀਅਲ ਚੈਨਲ ਚਲਾ ਰਹੇ ਨੇ ਖੁਦ ਜਿਸ ਦੇ ਮੁੱਖ ਸੰਪਾਦਕ ਨੇ ਅੰਮ੍ਰਿਤ ਪ੍ਰਸਾਰ ਤਾਂ ਅਸੀਂ ਉਹਨਾਂ ਨਾਲ ਗੱਲਾਂ ਕਰਾਂਗੇ ਕਿਉਂਕਿ ਇਹਨਾਂ ਦੀ ਕਹਾਣੀ ਵੀ ਉਸ ਕਿਤਾਬ ਦੇ ਵਿੱਚ ਦਰਜ ਹੈ ਸਰ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਉਸ ਦੌਰ ਦੇ ਵਿੱਚ ਜਦੋਂ ਚੇਤਾ ਕਰਦਾ ਕੋਈ ਸਵਾਲ ਕਰਦਾ ਤਾਂ ਕਿਹੇ ਜੀਆਂ ਤਸਵੀਰਾਂ ਸਾਹਮਣੇ ਘੁੰਮਣ ਲੱਗ ਜਾਂਦੀਆਂ ਨੇ ਜਦੋਂ ਕਿ ਆਪਾਂ ਇੰਟਰਵਿਊ ਦਾ ਅਗਲਾ ਪਾਸੇ ਨੂੰ ਚੱਲੀਏ ਪਹਿਲਾ ਸਵਾਲ ਹੀ ਮੇਰਾ ਇਹ ਹੈ ਕਿ ਜਦੋਂ ਮੈਂ ਤੁਹਾਨੂੰ ਪਹਿਲਾਂ ਇਹ ਪੁੱਛ ਰਿਹਾ ਕਿ ਉਸ ਦੌਰ ਦੀਆਂ ਗੱਲਾਂ ਕਰ ਰਹੇ ਹਾਂ ਤਾਂ ਕੀ ਤਸਵੀਰਾਂ ਘੁੰਮਦੀਆਂ ਦੇਖੋ ਜਿਹੜਾ ਦੌਰ ਸੀ ਨਾ ਉਹ ਨਾ ਪਹਿਲੇ ਕਦੀ ਪੰਜਾਬ ਵਿਚ ਆਇਆ ਤੇ ਨਾ ਹੀ ਇਹ ਮੁੜ ਕੇ ਪੰਜਾਬ ਜਾ ਆਉਣਾ ਉਸ ਦੌਰ ਵਿੱਚ ਕੋਈ ਵੀ ਕਿਸੇ ਤੇ ਇਤਬਾਰ ਨਹੀਂ ਸੀ ਕਰਦਾ ਕੋਈ ਅਫਸਰ ਅਫਸਰ ਤੇ ਇਤਬਾਰ ਨਹੀਂ ਸੀ ਕਰਦਾ ਕੋਈ ਪੱਤਰਕਾਰ ਪੱਤਰਕਾਰ ਤੇ ਇਤਬਾਰ ਨਹੀਂ ਸੀ ਕਰਦਾ ਕੋਈ ਪੋਲੀਟੀਸ਼ਨ ਪੋਲੀਟੀਸ਼ਨ ਤੇ ਇਤਬਾਰ ਨਹੀਂ ਸੀ ਕਰਦਾ ਹਰ ਕਿਸੇ ਨੂੰ ਐਂ ਲੱਗਦਾ ਸੀ ਵੀ ਜਿਵੇਂ ਇਹ ਏਜੰਸੀਆਂ ਨੇ ਖਰੀਦਿਆ ਹੋਇਆ ਬੰਦਾ ਹੈ ਤੇ ਇਹਦੇ ਨਾਲ ਮੈਂ ਜੇ ਕੋਈ ਗੱਲ ਕਰਾਂਗਾ ਜੀ ਤੇ ਇਹ ਏਜੰਸੀਆਂ ਕੋਲ ਪਹੁੰਚ ਜਾਏਗੀ ਤੁਹਾਡੀ ਜਿਹੜੀ ਕਹਾਣੀ ਛਾਪੀ ਹੈ ਉਸ ਦੇ ਵਿੱਚ ਇੱਕ ਹਿੱਸਾ ਕਿ ਤੁਹਾਡੀ ਐਸੀ ਕਿਹੜੀ ਖਬਰ ਲੱਗ ਗਈ ਜਿਹਦੇ ਨਾਲ ਤਤਕਾਲੀ ਡੀਜੀਪੀ ਕੇਪੀਐਸ ਗੱਲ ਨਾਰਾਜ਼ ਹੋ ਗਏ ਤੇ ਤੁਹਾਡੇ ਤੁਹਾਨੂੰ ਡਾਰੀ ਬਣਿਆ ਰਿਆ ਸਾਰੀ ਰਾਤ ਇਵੇਂ ਆ ਵੀ ਕੰਦੂ ਖੇੜਾ ਅਜੇ ਨਾਲੇ ਕੋਲ ਕੀ ਹੋਇਆ ਵੀ ਰਾਤ ਨੂੰ ਇੱਕ ਹਮਲੇ ਆ ਕੀਤਾ ਕਿਸ ਨੇ ਕੀਤਾ ਉਹ ਮੈਂ ਤੁਹਾਨੂੰ ਬਾਅਦ ਦੱਸਦਾ ਉਸ ਹਮਲੇ ਵਿੱਚ ਜਿਹੜੇ ਦਲਿਤ ਪੁਲਿਸ ਵਾਲੇ ਸੀ ਉਹਨਾਂ ਦੀਆਂ ਫੈਮਲੀਆਂ ਨੂੰ ਮਾਰ ਦਿੱਤਾ ਉਹਨਾਂ ਦੀਆਂ ਫੈਮਲੀਆ ਨੂੰ ਇਸ ਲਈ ਮਾਰਿਆ ਗਿਆ ਕਿ ਪੁਲਿਸ ਵਾਲੇ ਕਈ ਜਿਹੜੇ ਉੱਚ ਕੁਲ ਪੁਲਿਸ ਵਾਲੇ ਸੀ ਜਿਨ੍ਹਾਂ ਦੀ ਮਰਜ਼ੀ ਸੀ ਖਾਲਿਸਤਾਨ ਬਣੇ ਔਰ ਖੜਕੋਆਂ ਦੀ ਮਦਦ ਕਰਦੇ ਸੀ ਉਹਨਾਂ ਨੂੰ ਡਰਾਉਣਾ ਧਮਕਾਉਣਾ ਸੀਗਾ। ਤੋਂ ਉਹ ਟਾਰਗੇਟ ਕੀਤੇ ਗਏ ਉਹ 2-4 ਫੈਮਲੀਆ ਉਧਰ ਮਾਰਦੀਆਂ 2 ਫੈਮਲੀਆ ਇਧਰ ਮਾਰਦੀਆਂ ਵਿੱਚ ਬ੍ਰਿਜ ਸੀਗਾ ਇੱਕ ਜਿੱਥੇ CRP ਦੀ ਪਿਕਟ ਸੀ। ਮੈਂ ਮੈਂ ਜਿਸ ਵੇਲੇ ਉਹਨਾਂ ਦੇ ਘਰ ਗਿਆ ਅਸੀਂ ਤੇ ਸਵੇਰੇ 10 ਵਜੇ ਪਹੁੰਚ ਗਏ ਰਾਤ ਨੂੰ ਕਿੰਨੀ ਫਾਇਰਿੰਗ ਹੋਈ ਸੀ। ਤੇ ਪਿੰਡ ਵਿੱਚੋਂ ਕੋਈ ਜਾ ਗਿਆ 10 ਵਜੇ ਤੱਕ ਬਾਹਰ ਵੀ ਨਹੀਂ ਸੀ ਨਿਕਲਿਆ ਅਸੀਂ ਪਹੁੰਚ ਗਏ ਸਕੂਲ ਟੀਚਰਾਂ ਸਕੂਲ ਹੀ ਨਹੀਂ ਗਏ ਬੱਚਿਆਂ ਨੂੰ ਪੜ੍ਹਾਉਣ ਟੀਚਰ ਨਹੀਂ ਗਏ ਕੋਈ ਕੋਰੋਂ ਨਿਕਲਿਆ ਨਹੀਂ ਦਫ਼ਤਰਾਂ 'ਚ ਨਹੀਂ ਗਏ ਵੀ ਬਾਹਰ ਪਤਾ ਨਹੀਂ ਕੀ ਹੈ ਤਾਂ ਮੈਂ ਉਹਨਾਂ ਦੇ ਘਰ ਗਿਆ ਤੇ ਉਹਦੇ ਜਿਹੜਾ ਪਿਤਾ ਸੀ ਜਿਹਦੇ ਬੱਚੇ ਮਰ ਗਏ ਸੀਗੇ ਉਹਨੇ ਕਿਹਾ ਵੀ ਇਹ ਇੱਥੇ ਸਾਹਮਣੇ ਪਿਕਟ ਲੱਗੀ ਐ ਸੀਆਰਪੀ ਦੀ ਤੇ ਹੱਲੇ ਤੱਕ 10 ਵਜੇ ਗਏ ਕੋਈ ਆਇਆ ਨਹੀਂ ਛੁੜਾਣਾ ਇੰਨੀ ਗੋਲਾ ਬੰਦ ਛਲੀਆਂ ਗੋਲੀਆਂ ਆਜਾ ਆਈਆਂ ਦੂਰ ਤੱਕ ਜਾਂਦੀਆਂ ਤੋ ਇਹ ਮੈਂ ਐਜ਼ ਇਟ ਇਜ਼ ਲਿਖ ਦਿੱਤੀ ਮੈਂ ਲਿਖ ਦਿੱਤੀ ਤੇ ਜਦੋਂ ਕੇਪੀਐਸ ਗਿਲਨੇਸ਼ਵਰੇ ਇੰਡੀਅਨ ਐਕਸਪ੍ਰੈਸ ਪੜ੍ਹੀ ਇਹ ਕੋ ਬੜੀ ਬੜੀ ਵੱਡੀ ਗੱਲ ਨਹੀਂ ਮੈਂ ਕਹਿ ਦਿੱਤੀ ਸੀ ਕਿਉਂਕਿ ਸੀਆਰਪੀ ਨਹੀਂ ਵੀ ਆਈ ਤੇ ਉਹਨੇ ਕਿਉਂ ਆਣਾ ਸੀ ਜਦੋਂ ਜਿਹੜੇ ਆਪਰੇਸ਼ਨ ਹੁੰਦੇ ਨੇ ਸਾਰੇ ਫਿਕਸਡ ਹੁੰਦੇ ਜਿਦਾਂ ਆਪਾਂ ਕ੍ਰਿਕਟ ਦੇ ਮੈਚ ਫਿਕਸ ਕਰਦੇ ਆ ਇਹਦਾਂ ਪੁਲਿਸ ਫਿਕਸ ਕਰਦੀ ਹੈ ਸਾਰੀਆਂ ਏਜੰਸੀਆਂ ਨਾਲ ਸਾਰਾ ਕੁਝ ਫਿਕਸ ਹੋ ਕੇ ਹੁੰਦੇ ਸੀ ਤੇ ਉਹ ਫਿਕਸ ਹੋ ਕੇ ਹੋਇਆ ਸੀ ਇਸ ਲਈ ਉੱਥੇ ਕਿਸੇ ਨੇ ਸ਼ੋਰ ਨਹੀਂ ਬਾਣੀ ਸੀ ਪੋਲੀਟੀਸ਼ੀਅਨ ਨੇ ਨਹੀਂ ਜਾਣਾ ਸੀ ਉਹ ਛੱਪ ਗਏ ਉਹ ਛੱਪ ਗਏ ਤੇ ਉਹ ਨੈਕਸਟ ਡੇ ਇੱਕ ਦਿਨ ਛੱਡ ਕੇ ਉਸ ਤੋਂ ਅਗਲੇ ਦਿਨ ਕੇ ਪੀਐਸ ਗਿੱਲ ਆ ਗਿਆ ਮੇਰੇ ਨਾਲ ਅਜੀਤ ਅਖਬਾਰ ਦੇ ਕਮਰ ਕੋਰਪਾਲ ਰਿਪੋਰਟਰ ਵੀ ਸੀ ਅਸੀਂ ਇਕੱਠੇ ਗਏ ਤੇ ਟੈਕਸੀ ਲੈ ਕੇ ਗਏ ਉਹ ਆਇਆ ਤੇ ਉਸ ਨੇ ਜਦੋਂ ਪ੍ਰੈਸ ਕਾਨਫਰੰਸ ਲਈ ਸ਼ੁਰੂ ਨਹੀਂ ਸੀ ਹੋਈ ਤੇ ਉਸ ਨੇ ਕਪੀਐਸ ਗੱਲਨੇ ਮੈਨੂੰ ਕਿ ਮੈਨੂੰ ਨਹੀਂ ਕੁਝ ਕਿਹਾ ਉਸਨੇ ਉਹਦਾ ਜਿਹੜਾ ਇੰਦਾਜ਼ ਸੀਗਾ ਕਿਉਂਕਿ ਉਸ ਤੋਂ ਪਹਿਲੇ ਉਹ ਬੇਇੱਜ਼ਤੀ ਕਰ ਚੁੱਕਾ ਸੀ ਭਵਰ ਜਿਹੜਾ ਟਰਿਬਿਊਨ ਦਾ ਰਿਪੋਰਟਰ ਸੀਗਾ ਸਟਾਫ ਕਰਸਪੋਰੈਂਡੈਂਟ ਇੱਕ ਦਿਨ ਉਹਦੀ ਬੜੀ ਬੇਇੱਜ਼ਤੀ ਕੀਤੀ ਉਹਨੇ ਤੇ ਫਿਰ ਉਹਨੂੰ ਐਂ ਕਿਹਾ ਬਹਿ ਜਾ ਤੇ ਉਹ ਮੈਂ ਉਹਦੇ ਨਾਲ ਬੈਠਾ ਸੀ ਮੈਂ ਦੇਖਿਆ ਉਹਦੀਆਂ ਲੱਤਾਂ ਵੀ ਕੰਬ ਰਹੀਆਂ ਨੇ ਤੇ ਐ ਉਹਨੂੰ ਕਿਹਾ ਬਹਿ ਜਾ ਤੇ ਉਹ ਬਹਿ ਗਿਆ ਮੈਂ ਉਸ ਦਿਨ ਫੈਸਲਾ ਕਰ ਲਿਆ ਵੀ ਜੇ ਮੇਰੀ ਬੇਇੱਜ਼ਤੀ ਕਰੇਗਾ ਕੇਪੀਐਸ ਗਿੱਲ ਤੇ ਮੈਂ ਆਮੋ ਸਾਹਮਣੇ ਹੋ ਜਾਵਾਂਗਾ ਇਹ ਬੋਧਿਆ ਜੀਣਾ ਵੀ ਕੀ ਜੀ ਹੋਇਆ ਇੰਨੇ ਬੰਦੇ ਮਰ ਗਏ ਕੋਰ ਮਰ ਜਾਏਗਾ ਚੰਚਲ ਮਨੋਰ ਸਿੰਘ ਤੇ ਕੋਈ ਫਰਕ ਨਹੀਂ ਪੈਂਦਾ ਉਹਨਾਂ ਨੇ ਜੀ ਸ਼ੁਰੂ ਕਰਤੀ ਵੀ ਹੂ ਇਜ਼ ਦਿਸ ਇੰਡੀਅਨ ਐਕਸਪ੍ਰੈਸਮੈਨ ਮੈਂ ਖੜਾ ਹੋ ਗਿਆ ਮੈਂ ਕਿਹਾ ਮੈਂਸ ਕਹਿੰਦਾ ਯੂ ਆਰ ਖਾਲਸਤਾਨੀ ਯੂ ਆਰ ਇਹ ਉਹਦੇ ਸਾਰੇ ਦੋਸ਼ ਮੇਰੇ ਤੇ ਲਾਤੇ ਜੀ ਜਿੰਨੇ ਆਪਣੀ ਕੈਸ਼ ਵਿੱਚ ਲਾ ਸਕਦਾ ਲਾ ਸਕਦਾ ਸੀ ਉਹ ਬੋਲੀ ਹੁਣ ਉਹ ਸੁਪਰ ਕੌਪ ਸੀ ਉਹਦੀ ਹਰ ਕਿਸੇ ਨੇ ਗੱਲ ਸੁਣਨੀ ਸੀ ਜਦੋਂ ਉਹਦੀ ਗੱਲ ਖਤਮ ਹੋ ਗਈ ਤੇ ਮੈਂ ਉਹਨੂੰ ਕਹਿਆ ਵੀ ਮੈਂ ਕੁਝ ਕਹਿਣਾ ਤੇ ਉਹਨੂੰ ਇਹ ਉਹਨੇ ਕਦੀ ਫੇਸ ਨਹੀਂ ਕੀਤਾ ਆਪਣੇ ਪੂਰੇ ਕੈਰੀਅਰ ਚ ਜੋ ਮੈਂ ਉਹਨੂੰ ਕਿਹਾ ਮੈਂ ਕਹਿਆ ਜੀ ਗੱਲ ਇਹ ਹੈ ਵੀ ਉਹ ਤੇ ਮੈਂ ਉੱਥੇ ਗਿਆ ਸੀ ਜੋ ਮੈਂ ਦੇਖਿਆ ਉਹ ਮੈਂ ਲਿਖਿਆ ਹਮ ਔਰ ਮੈਂ ਤੇ ਕਦੀ ਵੀ ਜੋ ਕੁਝ ਤੁਸੀਂ ਚਾਹੇ ਤੁਸੀਂ ਫੇਕ এনਕਾਊਂਟਰ ਕਰਦੇ ਹੋ ਹਥਿਆਰ ਕਿੱਥੋਂ ਲਾਂਦੇ ਹੋ ਬੰਦਿਆਂ ਤੇ ਪਲਾਂਟ ਕਰਦੇ ਹੋ ਸਟੋਰੀ ਉਹ ਹੀ ਲੱਗਦੀ ਹੈ ਜਿਹੜੀ ਤੁਸੀਂ ਬਣਾ ਕੇ ਭੇਜ ਕੇ ਪ੍ਰੈਸ ਨੋਟ ਕਰਦੇ ਹੋ ਮੈਂ ਕਹਾਂ ਤੁਸੀਂ ਬੰਦੇ ਰੱਖੇਨ ਕਸਾਈ ਉਹ ਮੁੰਡਿਆਂ ਨੂੰ ਮਾਰ ਕੇ ਲਾਸ਼ਾਂ ਕੱਟ ਕੇ ਬਿਆਸ ਚ ਸੁੱਟਦੇ ਤੇ ਮੈਂ ਤਾਂ ਕਦੀ ਲਿਖਿਆ ਨਹੀਂ ਨਾ ਹੀ ਉਹ ਛਪਣਾ ਹੈ ਤੇ ਨਾ ਕੋਈ ਛਾਪਦਾ ਤੇ ਮੈਂ ਖਾਲਸਤਾਨੀਆਂ ਦਾ ਕਿਵੇਂ ਤੁਸੀਂ ਮੰਨੋਗੇ ਨਹੀਂ ਵੀ ਮੈਂ ਪਹਿਲੀ ਵਾਰੀ ਕਪੀਐਸ ਗਿਲ ਦਾ ਹੱਥ ਮੁੱਚਾਂ ਤੇ ਐ ਕਮਦਾ ਦੇਖਿਆ ਉਹ ਅਲਕੋਹਲਿਕ ਤੇ ਸੀ ਤੇ ਉਹ ਉਹਦਾ ਟਿਕ ਨਹੀਂ ਸੀ ਰਿਹਾ ਵੀ ਇਹ ਬੰਦਾ ਖੜਾ ਸਾਹਮਣੇ ਇਹਨੇ ਮੇਰੇ ਮੂੰਹ ਤੇ ਕੀ ਕਹਿ ਦਿੱਤਾ ਤੇ ਉਹ ਉੱਠ ਕੇ ਚਲੇ ਗਏ ਪ੍ਰੈਸ ਕਾਨਫਰੈਂਸ ਚ ਉਹਨਾਂ ਦੇ ਨਾਲ ਰਦੀਪ ਢਿੱਲੋਂ ਵੀ ਚਲੇ ਗਏ ਡੀਆਰ ਪੱਟੀ ਵੀ ਚਲੇ ਗਏ ਪੀਐਮ ਦਾਸ ਹੁੰਦੇ ਸੀ ਇੱਕ ਗਿਲ ਸੀਗੇ ਮਜੀਠੀਏ ਦੇ ਸ਼ਾਇਦ ਐਸਐਸ ਗਿਲ ਸੀ ਉਹ ਵੀ ਸਾਰੇ ਅੰਦਰ ਚਲੇ ਗਏ ਤੇ ਮੈਨੂੰ ਅਰਦੀਪ ਢਿੱਲੋਂ ਜਾਂਦਿਆਂ ਮੇਰੇ ਵੱਲ ਦੇਖ ਕੇ ਕੁਝ ਕਹਿ ਗਿਆ ਮੈਨੂੰ ਸਮਾਈਲ ਦੇ ਕੇ ਲੋ ਜੀ ਉਹ 15-20 ਮਿੰਟ ਨਹੀਂ ਆਏ ਤੇ ਉੱਥੇ ਐ ਸਨਾਟਾ ਛਾਇਆ ਹੋਇਆ ਸੀ ਪ੍ਰੈਸ ਜਿੱਥੇ ਕਾਨਫਰੰਸ ਹੋ ਰਹੀ ਸੀ ਇਰੀਗੇਸ਼ਨ 'ਚ ਕਿ ਜਿਵੇਂ ਕੋਈ ਮਰ ਗਿਆ ਤੇ ਹੁਣ ਕਿਸੇ ਨੇ ਕੁਸਕਣਾ ਵੀ ਨਹੀਂ ਚਲੋ ਜੀ ਉਹ 15 20 ਮਿੰਟ ਬਾਅਦ ਉਹਨੂੰ ਲੈ ਕੇ ਆਏ ਤੇ ਉਹਨੇ ਆਪਣਾ ਭਾਸ਼ਣ ਸ਼ੁਰੂ ਕਰਤਾ ਵੀ ਲੋਕਾਂ ਨੂੰ ਪਤਾ ਨਹੀਂ ਟੈਰਰਿਜ਼ਮ ਕੀ ਹੁੰਦਾ ਕਿਤਾਬਾਂ ਨਹੀਂ ਬੜਦੇ ਇਟਲੀ ਟੈਰਰਿਜ਼ਮ ਇਹ ਕਿੰਦੋਸਤਾਨ ਦਾ ਹਰਪ੍ਰੀਤ ਸਿੰਘ ਸੀ ਅੱਜਕੱਲ ਹੈਗਾ ਕੈਨੇਡਾ ਉਹ ਲਿਖਣ ਲੱਗ ਗਿਆ ਵੀ ਕਿਹੜੀ ਕਿਤਾਬਾਂ ਦੇ ਨਾਮ ਹੈ ਇਟਲੀ ਯੂਰਪ ਟੈਰਰਿਜ਼ਮ ਪੌਨਸਰ ਦੁਕਾਨਾ ਉਰਦੂ ਕਿਤਾਬਾਂ ਦੇ ਨਾਲ ਮੈਂ ਨਹੀਂ ਲਿਖੇ ਮੈਨੂੰ ਤੇ ਆਈ ਡਿਡ ਨਟ ਕੇਅਰ ਫਾਰ him ਕਿਉਂਕਿ ਉਹ ਕੀ ਹੋਇਆ ਉਸ ਤੋਂ ਬਾਅਦ ਜੀ ਪ੍ਰੈਸ ਕਾਨਫਰੰਸ ਹੋਈ ਤੂੰ ਬੈਕਗ੍ਰਾਉਂਡ ਤੋਂ ਤਾਂ ਸਤਿਬਾਦ ਸੀ ਅੱਗੇ ਬਾਹਰ ਤੇ ਮੈਂ ਕੱਲਾ ਰਹਿ ਗਿਆ ਮੇਰੇ ਕੋਲ ਕੋਈ ਪੱਤਰਕਾਰ ਨਹੀਂ ਆਇਆ ਕੁਝ ਨਹੀਂ ਆਇਆ ਚਲੋ ਮੈਂ ਉਸ ਵੇਲੇ ਮੇਰੇ ਕੋਲ ਸਕੂਟਰ ਸੀਗਾ ਮੈਂ ਚਲਾ ਕੇ ਆਪਣਾ ਚਲਾ ਗਿਆ ਆਪਣੇ ਕਮਰੇ ਚ ਤੇ ਮੈਂ ਵੀ ਸੋਚਦਾ ਰਿਹਾ ਵੀ ਇਹ ਜੋ ਹੋਇਆ ਹੈ ਇਹਦਾ ਸ਼ਾਮ ਨੂੰ ਮੈਨੂੰ ਭਾਈ ਸ਼ਾਮ ਨੂੰ ਮੈਨੂੰ ਟੈਲੀਫੋਨ ਆਣੀਆਂ ਸ਼ੁਰੂ ਹੋ ਗਈਆਂ ਪੱਤਰਕਾਰਾਂ ਦੀਆਂ ਵੀ ਤੈਨੂੰ ਮਾਰ ਦੇਗਾ ਤੂੰ ਚੰਡੀਗੜ੍ਹ ਚਲਾ ਜਾ ਮੈਂ ਕਿ ਯਾਰ ਚੰਡੀਗੜ੍ਹ ਵੀ ਮਾਰ ਦੇਗਾ ਜੇ ਉਹ ਕੇ ਪੀਐਸ ਗਿੱਲ ਨੇ ਮਾਰਨਾ ਤੇ ਮੈਂ ਨਹੀਂ ਤੋ ਰਾਤ ਮੇਰੀ ਉਹ ਕਈ ਗੱਲਾਂ ਮੈਂ ਕਹਿ ਨਹੀਂ ਸਕਦਾ ਮਤਲਬ ਕਾਫੀ ਔਖੀ ਬੀਤੀ ਰਾਤ ਮੇਰੀ ਮੈਨੂੰ ਪਤਾ ਹੀ ਨਹੀਂ ਕਿੰਨੇ ਵਜੇ ਸੋਇਆ ਬੜਾ ਹਰ ਤਰ੍ਹਾਂ ਦੇ ਖਿਆਲ ਆਉਂਦੇ ਹੁੰਨੇ ਮੇਰਾ ਹਰ ਤਰ੍ਹਾਂ ਦੇ ਖਿਆਲ ਆਏ ਇਹ ਨਹੀਂ ਆਏ ਮਾਂ ਉਹ ਤੋਂ ਮੀਟ ਲੈ ਗਿਆ ਕਿਲੋ ਮੈਂ ਉਹ ਮੇਰਾ ਉਹ ਜੋਕੀਦਾਰ ਹੁੰਦਾ ਹੀ ਮੈਂ ਉਹਨੂੰ ਗਿਆ ਤੂੰ ਮੀਟ ਬਣਾ ਤੇ ਉਹਨੇ ਮੀਟ ਬਣਾਇਆ ਅਸੀਂ ਮੈਂ 12:00 1 ਵਜੇ ਤੱਕ ਸੁੱਤਾ ਨਹੀਂ ਖਾਂਦਾ ਪੀਂਦਾ ਰਿਹਾ ਤੇ ਫਿਰ ਪਤਾ ਨਹੀਂ ਲੱਗਿਆ ਕਿਹੜੇ ਵੇਲੇ ਸੋ ਗਿਆ ਸਵੇਰੇ ਮੈਂ ਉਠਿਆ 6 7 ਵਜੇ ਤੇ ਮੈਂ ਖਿੜਕੀ ਖੋਲੀ ਬਾਹਰ ਦੇਖਿਆ ਤੇ ਦਿਨ ਚੜਿਆ ਹੋਇਆ ਸੀ ਤੇ ਉੱਥੋਂ ਸੜਕਾਂ ਤੋਂ ਲੋਕ ਅੰਮ੍ਰਿਤਸਰ ਆਪਣੇ ਕੰਮਾਂ ਤੇ ਇੱਧਰ ਉੱਧਰ ਵਪਾਰੀ ਲੋਕ ਦੁਕਾਨਾਂ ਵਾਲੇ ਜਾ ਆ ਰਹੇ ਸੀ ਮੈਂ ਫਿਰ ਥੱਲੇ ਆਇਆ ਫਿਰ ਸੋਚ-ਸੂਚ ਕੇ ਫਿਰ ਮੈਂ ਉੱਪਰ ਚਲਾ ਗਿਆ ਹੂੰ ਸੋ ਮੈਂ ਦੱਸਦਾ ਕਿ ਇਹ ਜਿਹੜਾ ਉੱਥੇ ਮਾਹੌਲ ਸੀਗਾ ਹੂੰ ਇਹ ਮਾਹੌਲ ਅਜਿਹਾ ਸੀ ਕਿ ਕੇਪੀਐਸ ਗਿਲ ਕੁਝ ਵੀ ਟੋਲਰੇਟ ਨਹੀਂ ਸੀ ਕਰਦਾ ਹੂੰ ਸਮਝਿਓ ਉਤੋਂ ਬਾਅਦ ਕੀ ਹੋਇਆ ਉਤੋਂ ਬਾਅਦ ਜੀ ਉਹਨਾਂ ਨੇ ਮੇਰੇ ਤੇ ਦਬਾਅ ਪਾਣਾ ਸ਼ੁਰੂ ਕਰਤਾ ਵੀ ਮੈਂ ਪੈਸੇ ਲੈ ਲਾਂ ਮੈਂ ਨੂੰ ਟੈਲੀਵਿਜ਼ਨ ਲੈ ਲਾਂ ਸੋਨੀ ਦਾ ਇਹ ਉਹ ਮੈਂ ਉਹਦੇ ਸਾਰੇ ਬੰਦੇ ਭਜਾ ਦਿੱਤੇ ਮੈਂ ਕਿ ਯਾਰ ਤੁਸੀਂ ਤੂੰ ਤੁਹਾਡੀ ਜਰੂਰਤ ਕਿਵੇਂ ਹੋਈ ਤੋ ਮੈਂ ਤੁਹਾਨੂੰ ਇਹ ਦੱਸਦਾ ਵੀ ਜੀ ਫਿਰ ਮੈਨੂੰ ਸਮਝ ਆਈ ਵੀ ਇਹ ਜਿਹੜੇ ਬਾਕੀ ਨਾ ਇਹ ਜੀ ਪੁਲਿਸ ਕੋਲ ਲੁੱਟਦਾ ਇੰਨਾ ਪੈਸਾ ਆਂਦਾ ਸੀ ਕਿ ਉਹਦੀ ਬੜੀ ਖੁੱਲੀ ਡਿਸਟ੍ਰਿਬਿਊਸ਼ਨ ਹੁੰਦੀ ਸੀ ਉਹ ਪੈਸੇ ਵਿੱਚ ਰੰਗੇ ਹੋਏ ਸੀਗੇ ਤੇ ਉਹ ਉਦਾਂ ਵੱਡੀਆਂ ਗੱਲਾਂ ਕਰਦੇ ਸੀਗੇ ਇੱਕ ਤਾਂ ਇਹ ਬੜੀ ਵੱਡੀ ਘਟਨਾ ਹੋਈ ਕਿ ਤੁਸੀਂ ਕਿਵੇਂ ਉਸ ਤੋਂ ਬਾਅਦ ਗੁਜ਼ਰੇ ਔਰ ਉਸ ਤੋਂ ਬਾਅਦ ਕੀ ਕੀ ਹੁੰਦਾ ਰਿਹਾ ਖਰੀਦਨ ਦੀ ਕੋਸ਼ਿਸ਼ ਕੀਤੀ ਗਈ ਇੱਕ ਕਿਤਾਬ ਦਾ ਜਿਹੜਾ ਤੁਹਾਡੀ ਕਹਾਣੀ ਹੈ ਸਰਲੇਖ ਵੀ ਹੈ ਕਿ ਤੁਹਾਨੂੰ ਗਲਤ ਤਰੀਕੇ ਨਾਲ ਖਾੜਕੂ ਨਾਲ ਜੋੜ ਕੇ ਧਮਕੀਆਂ ਜਿਹੜੀਆਂ ਆਈਆਂ ਜਾਂ ਕੀ ਕਿਹਾ ਗਿਆ ਕਿਹਦੇ ਵੱਲੋਂ ਕਿਹਾ ਗਿਆ ਉਹ ਕੀ ਕਹਾਣੀ ਸੀ ਉਹ ਦੱਸੋ ਦੇਖੋ ਇੱਕ ਜਦੋਂ ਮੈਂ ਲੁਧਿਆਣਾ ਪੋਸਟ ਸੀ ਮੇਰੀ ਬਿਗਨਿੰਗ ਆਫ ਕੈਰੀਅਰ ਸੀ ਜੀ 1980 ਚ ਮੈਂ ਪਹਿਲੇ ਰੋਪੜ ਸੀ ਉਸ ਤੋਂ ਪਹਿਲੇ ਚੰਡੀਗੜ੍ਹ ਸੀ ਰੋਪੜ ਤੇ ਪਹਿਲੇ ਵੱਡੇ ਡਿਸਟ੍ਰਿਕਟ ਚ ਗਿਆ ਸੀ ਮੇਰੇ ਕੋਲ ਉੱਥੇ ਪਾਇਲ ਮਰਡਰ ਕੇਸ ਹੋ ਗਿਆ ਉਹਦੇ ਚਾਰ ਬੰਦੇ ਬਿਆਨ ਸਿੰਘ ਦੇ ਕਿਹਾ ਜਾਂਦਾ ਹੈ ਕੈਂਟ ਤੇ ਡੀਆਰ ਪੱਟੀ ਸੀਗਾ ਐਸਐਸਪੀ ਇਹਨਾਂ ਨੇ ਉਹਨਾਂ ਨੂੰ ਇੱਕ ਪਾਇਲ ਕੋਲ ਨਾਕਾ ਲਾ ਕੇ ਵੀ ਰਾਤ ਨੂੰ ਇਧਰੋਂ ਆ ਰਹੇ ਸੀ ਤੇ ਇਹਨਾਂ ਨੂੰ ਐਨਕਾਉਂਟਰ ਹੋਇਆ ਉਹ ਐਵੇਂ ਛੋਟੀ ਜੀ ਸੜਕ ਦੀ ਥੱਲੋਂ ਛੋਟਾ ਜੀ ਨਾਲੀ ਦੀ ਬ੍ਰਿਜ ਸੀਗਾ ਉੱਥੇ ਜੀ ਇੱਥੇ ਅਸੀਂ ਇਨਕਾਊਂਟਰ ਕੀਤਾ ਤੇ ਬੰਦੇ ਮਾਰਦੇ ਉਹ ਉਹ ਇਨਕਾਊਂਟਰ ਮੈਂ ਬੜੀ ਪ੍ਰੋਫੈਸ਼ਨਲੀ ਕਵਰ ਕੀਤਾ ਉਸ ਵਿੱਚ ਕੀ ਹੋਇਆ ਕਿ 12 ਪੁਲਿਸ ਅਫਸਰਾਂ ਤੇ ਕੇਸ ਰਜਿਸਟਰ ਹੋਇਆ ਤੇ 11 ਨੂੰ ਫੜ ਕੇ ਲੈ ਗਈ ਪੁਲਿਸ ਸੀਬੀਆਈ ਨੂੰ ਇਨਕੁਆਇਰੀ ਦੇਣੀ ਪਈ ਇੰਦਰਾ ਗਾਂਧੀ ਨੇ ਉਹ ਇਨਕੁਆਇਰੀ ਸੀਬੀਆਈ ਨੂੰ ਮਾਰਕ ਕਰਤੀ ਤੇ ਸੀਬੀਆਈ ਨੇ ਉਹ ਸਾਰਾ ਡਿਟੈਕਟ ਕਰ ਲਿਆ ਤੇ ਡਿਟੈਕਟ ਕਰਕੇ ਉਹਨਾਂ ਨੇ ਤੱਥ ਇਕੱਠੇ ਕਰਕੇ ਤੇ ਉਹਨਾਂ ਨੂੰ ਅਰੈਸਟ ਕਰ ਲਿਆ ਡੀਆਰ ਪੱਟੀ ਅੰਡਰਗ੍ਰਾਉਂਡ ਹੋ ਗਿਆ ਤੇ ਡੀਆਰ ਪੱਟੀ ਨੂੰ ਫਿਰ ਬਚਾਣ ਲਈ ਬੂਟਾ ਸਿੰਘ ਬੀਸੀ ਉਹਦੀ ਬੇਲ ਕਰਵਾਤੀ ਸੁਪਰੀਮ ਕੋਰਟ ਤੇ ਮੈਨੂੰ ਇਹ ਦੱਸਿਆ ਜਾਂਦਾ ਕਿ ਬਈ ਰਜੀਵ ਗਾਂਧੀ ਵੀ ਇਨਵਾਲਡ ਸੀਗਾ ਉਦੋਂ ਤੱਕ ਤੇ ਬੇਲ ਹੋ ਗਈ ਸਾਰਾ ਕੁਝ ਹੋ ਗਿਆ ਸੋ ਮੈਂ ਦੱਸਦਾ ਵੀ ਉਸ ਦੇ ਜਿਹੜੀ ਰੰਜਿਸ਼ ਸੀ ਪੁਲਿਸ ਵਾਲਿਆਂ ਨੂੰ ਬਹੁਤ ਸੀ ਕਿਉਂਕਿ ਉਹਦੇ ਚ ਐਸਐਸਪੀ ਸਿਟੀ ਸੁਖਦੇਵਾਲ ਭੁੱਲਰ ਵੀ ਅਰੈਸਟ ਹੋਇਆ ਤੇ ਜੇਲ੍ਹ ਚ ਹੀ ਰਿਹਾ ਉਹਨਾਂ ਸਾਰਿਆਂ ਨੂੰ ਇਹ ਸੀ ਤੇ ਜਿਹੜਾ ਬੇਦੀ ਸੀਗਾ ਉਹ ਸੀਗਾ ਸਟੇਸ਼ਨ ਹਾਊਸ ਆਫੀਸਰ ਐਸਐਚਓ ਪਾਇਲ ਦਾ ਉਹ ਬੇਦੀ ਸੀ ਤੇ ਉਹਦੇ ਕੋਲ ਰਿਪੋਰਟ ਸੀਗੀ ਜਿਹੜੀ ਕੀਤੀ ਇੱਕ ਜੋਸ਼ੀ ਹੁੰਦਾ ਸੀ ਅ ਆਈਜੀ ਰੈਂਕ ਦਾ ਅਫਸਰ ਉਹਨੇ ਕੀਤੀ ਸੀ ਤੇ ਉਹਨੇ ਉਹਦੇ ਚ ਕਿਆ ਬਈ ਇਹਨਾਂ ਨੇ ਐਨਕਾਉਂਟਰ ਚ ਮਾਰਿਆ ਉਸ ਰਿਪੋਰਟ ਦੀ ਮੈਨੂੰ ਫੋਟੋ ਸਟੇਟ ਕਾਪੀ ਮਿਲ ਗਈ ਜੀ ਤੇ ਮੈਂ ਸਾਰੀ ਕਾਪੀ ਪੜ ਪੜ ਕੇ ਮੈਂ ਬੇਦੀ ਕੋਲ ਚਲਾ ਗਿਆ ਸੱਚੇ ਕੋਲ ਜੀ ਤੇ ਮੈਂ ਗਿਆ ਯਾਰ ਬੜੀ ਮਾੜੀ ਗੱਲ ਹੋਈ ਏ ਤੇ ਜਿਸ ਤਰ੍ਹਾਂ ਪੱਤਰਕਾਰਾਂ ਦਾ ਕਨਫਰਮ ਕਰਨ ਦਾ ਤਰੀਕਾ ਹੁੰਦਾ ਤੇ ਉਹ ਬੜਾ ਜੋਸ਼ ਆ ਗਿਆ ਕਹਿੰਦਾ ਬਕਵਾਸ ਰਿਪੋਰਟ ਹੈ ਇਹ ਹੈ ਉਹ ਹੈ ਮੇਰੇ ਕੋਲ ਪਈ ਹੈ ਮੈਂ ਕਹਿੰਦਾ ਨਹੀਂ ਮੇਰੇ ਕੋਲ ਹੈਗੀ ਹੈ ਤੇ ਉਹਨੇ ਮੈਨੂੰ ਕੱਢ ਕੇ ਦਿਖਾਣੀ ਸ਼ੁਰੂ ਕਰਤੀ ਕਹਿੰਦਾ ਇਹ ਕੀ ਹੈ ਇਹ ਕੀ ਹੈ ਤੇ ਮੈਨੂੰ ਕਨਫਰਮ ਹੋ ਗਿਆ ਵੀ ਜਿਹੜੀ ਫੋਟੋ ਕਾਪੀ ਮੇਰੇ ਕੋਲ ਹੈ ਉਹੀ ਇਹਦੇ ਕੋਲ ਹੈ ਹੁਣ ਮੈਂ ਉਹਦੇ ਤੇ ਸਟੋਰੀ ਕਰ ਸਕਦਾ ਤੇ ਉਹ ਆਪਣਾ ਬੋਲੀ ਗਿਆ ਮੈਂ ਕਿਉਂਕਿ ਜਰਨਲਿਸਟਾਂ ਜਰਨਲਿਸਟ ਦਾ ਇੱਕ ਸਟਾਈਲ ਹੁੰਦਾ ਵੀ ਇਨਫਾਰਮੇਸ਼ਨ ਕੱਢਣੀ ਹੈ ਤੁਸੀਂ ਕਨਫਰੋਂਟੇਸ਼ਨ ਨਾਲ ਇਨਫਾਰਮੇਸ਼ਨ ਨਹੀਂ ਕਰ ਸਕਦੇ ਤੁਸੀਂ ਹਮਦਰਦੀ ਨਾਲ ਹੀ ਕਰ ਸਕਦੇ ਉਹ ਜੋਸ਼ ਆ ਗਿਆ ਉਹਨੇ ਮੈਨੂੰ ਕਾਪੀ ਦਿਖਾਤੀ ਮੈਂ ਕਿ ਮੈਂ ਕਿਹਾ ਇਹ ਤੇ ਮੇਰੇ ਕੋਲ ਵੀ ਹੈਗੀ ਹੈ ਤੇ ਕਹਿੰਦਾ ਤੁਸੀਂ ਕਿੱਥੋਂ ਲਈਏ ਤੇ ਮੈਂ ਉਹਨੂੰ ਕਿਹਾ ਯਾਰ ਜਿਵੇਂ ਤੇਰੇ ਕੋਲ ਆਈ ਐਵੇਂ ਮੈਨੂੰ ਹੀ ਦੇ ਗਿਆ ਕੋਈ ਪੁਲਿਸ ਅਫਸਰ ਦੇ ਗਿਆ ਉਹ ਉਹਨੇ 2-3 ਵਾਰੀ ਮੇਰੇ ਮੂੰਹ ਵੱਲ ਦੇਖਿਆ ਵੀ ਕਿਹੜਾ ਪੁਲਿਸ ਅਫਸਰ ਹੈ ਫਿਰ ਉਹਨੇ ਮੈਨੂੰ ਕਿਹਾ ਵੀ ਇਹ ਤੇ ਤਿੰਨ ਹੀ ਕਾਪੀਆਂ ਸੀ ਤੇ ਇੱਕ ਮੇਰੇ ਕੋਲ ਇੱਕ ਐਸਐਸਪੀ ਕੋਲ ਹੈ ਤੇ ਇੱਕ ਐਸਪੀ ਕੋਲ ਹੈ ਤੁਹਾਡੇ ਕੋਲ ਚੌਥੀ ਕਾਪੀ ਕਿੰਨੇ ਇਹਨਾਂ ਤਿੰਨਾਂ ਚੋਂ ਤੇ ਤੁਹਾਨੂੰ ਕੋਈ ਦੇ ਨਹੀਂ ਸਕਦਾ ਮੈਂ ਉਹਨੂੰ ਕਿਹਾ ਦੇ ਕਿਉਂ ਨਹੀਂ ਸਕਦਾ ਨਾ ਕਹਿੰਦਾ ਇਹ ਤੇ ਸਾਰੇ ਆਪ ਇਨਵੋਲਡ ਹੈ ਤੇ ਮੈਂ ਕਿਹਾ ਮੈਨੂੰ ਨਹੀਂ ਪਤਾ ਵੀ ਪਾਸੀ ਕਹਿੰਦਾ ਫਿਰ ਤੁਸੀਂ ਸੀਬੀਆਈ ਵਾਲਿਆਂ ਤੋਂ ਲਈ ਹੋਣੀਆਂ ਤੁਸੀਂ ਉਹਦੇ ਤੋਂ ਲਈ ਹੋਣੀਆਂ ਤੁਸੀਂ ਇਹ ਸਾਰੀ ਗੱਲਬਾਤ ਤੋਂ ਬਾਅਦ ਨਤੀਜਾ ਕੀ ਨਿਕਲਿਆ ਇਸ ਤੋਂ ਨਤੀਜਾ ਇਹ ਨਿਕਲਿਆ ਵੀ ਇਹ ਸਾਰੇ 13 ਪੁਲਿਸ ਅਫਸਰ ਅੰਦਰ ਹੋ ਗਏ ਇਨਾਂ ਦੀ ਬੇਲ ਨਹੀਂ ਹੋ ਰਹੀਆਂ ਸੁਪਰੀਮ ਕੋਰਟ ਤੱਕ ਰਿਜੈਕਟ ਹੋ ਗਈਆਂ ਐਸਐਸਪੀ ਐਸਪੀ ਸੁਖਦੇਵ ਸਿੰਘ ਦੀ ਪੁੱਲਰ ਦੀ ਵੀ ਹੋ ਗਈ। ਇਹ ਤੋਂ ਬਾਅਦ ਭੱਟੀ ਅੰਡਰਗਰਾਊਂਡ ਹੋ ਗਿਆ। ਜੀ। ਫਿਰ ਡੀਆਰ ਭੱਟੀ ਦੀ ਸੁਪਰੀਮ ਕੋਰਟ ਚੋਂ ਬੇਲ ਕਰਵਾਈ ਇਹ ਦੱਸਿਆ ਜਾਂਦਾ ਹੈ ਕਿ ਰਜੀਵ ਗਾਂਧੀ ਨੇ ਸਿਫਾਰਿਸ਼ પા ਕੇ ਬੂਟਾ ਸਿੰਘ ਥਰੂ ਕਿਉਂਕਿ ਬੂੜਾ ਸਿੰਘ ਤੇ ਇਹਨਾਂ ਦੀ ਜਾਤ ਬਰਾਦਰੀ ਜਲਦੀ ਹੈ। ਡੀਆਰ ਭੱਟੀ ਦੀ ਤੇ ਉਹ ਬੇਲ ਲਈ ਉਹਨਾਂ ਨੇ ਕਿਹਾ ਵੀ ਜਿਹੜੀ ਕੋਸਟ ਹੈ ਡਿਸਟ੍ਰਿਕਟ ਜਿੱਥੇ ਹੈ ਉੱਥੋਂ ਜਾ ਕੇ ਬੇਲ ਕਰਾ ਲਓ ਅੱਛਾ ਬੇਲ ਹੋ ਗਈ ਇਹਨਾਂ ਦੀ ਫਿਰ ਸਾਰਿਆਂ ਦੀ ਹੋ ਗਈ ਫਿਰ ਇਹਨਾਂ ਨੇ ਕੇਸ ਟਰਾਂਸਫਰ ਕਰਾ ਲਿਆ ਉਹਨਾਂ ਜਿਸ ਵੇਲੇ ਕੇਸ ਉਹਨੇ ਟਰਾਂਸਫਰ ਹੋ ਗਿਆ ਤੇ ਲੱਗ ਗਿਆ ਵੀ ਹੁਣ ਹੁਣ ਉਹਦੇ ਚ ਇੱਕ ਬੜੀ ਇੰਪੋਰਟੈਂਟ ਗੱਲ ਸੀ ਇਹਨਾਂ ਨੇ ਉਹਨਾਂ ਤੇ ਨੋਟ ਪਲਾਂਟ ਕੀਤੇ ਵੀ ਇਹਨਾਂ ਨੇ ਨਾ 10 ਲੱਖ 15 ਲੱਖ ਰੁਪਇਆ ਇਹ ਬੈਂਕ ਤੋਂ ਲੁੱਟਿਆ ਤੇ ਇਹ ਇਸ ਰੋਡ ਤੇ ਸੀ ਚੰਡੀਗੜ੍ਹ ਰੋਡ ਤੇ ਬੈਂਕ ਸੀਗਾ ਤੇ ਮੈਂ ਜਦੋਂ ਇਹ ਪ੍ਰੈਸ ਕਾਨਫਰੈਂਸ ਕੀਤੀ ਤੇ ਉਸ ਤੋਂ ਬਾਅਦ ਮੈਂ ਬੈਂਕ ਚਲਾ ਗਿਆ ਟੈਕਸੀ ਲੈ ਕੇ ਜੀ ਤੇ ਮੈਂ ਉਹਨਾਂ ਨੂੰ ਕਿਹਾ ਮੈਂ ਇੱਕ ਉਹਨਾਂ ਨੇ ਜਿਹੜੇ ਨੋਟ ਦਿਖਾਏ ਉਹਦੇ ਤੋਂ ਸਲਿੱਪ ਫੜ ਲਈ ਕਿਹੜੇ ਬੈਂਕ ਦੇ ਦੀ ਜੀ ਉਹ ਬੈਂਕ ਤੇ ਉਸ ਬੈਂਕ ਦਾ ਨਾਮ ਸੀ ਮੈਂ ਉਸ ਬੈਂਕ 'ਚ ਚਲਾ ਗਿਆ ਮੈਂ ਉਹਨੂੰ ਬੈਂਕ ਵਾਲੇ ਨੂੰ ਕਿਹਾ ਵੀ ਤੁਹਾਡੇ ਤੁਸੀਂ ਕੋਈ ਐਫ ਆਈ ਆਰ ਦਰਜ ਕਰਾਈ ਹੈ ਕਹਿੰਦਾ ਕਾਦੀ ਮੈਂ ਕਿਹਾ ਮੈਂ ਪੁੱਛ ਰਿਹਾ ਮੈਨੂੰ ਪਤਾ ਲੱਗਾ ਤੁਸੀਂ ਕੋਈ ਕਹਿੰਦਾ ਅਸੀਂ ਕੋਈ ਨਹੀਂ ਕਰਾਈ ਮੈਂ ਕਿਹਾ ਤੁਹਾਡੇ ਤੇ ਡਾਕਾ ਵੱਜਿਆ ਤੇ ਬੈਂਕ ਲੁੱਟਿਆ ਗਿਆ ਤੇ ਉੱਤੇ ਪ੍ਰੈਸ ਕਾਨਫਰੰਸ ਹੋਈ ਹੈ ਕਹਿੰਦਾ ਨਹੀਂ ਜੀ ਮੈਂ ਕਿਹਾ ਤੁਹਾਡੇ ਬੈਂਕ ਦੀ ਐ ਸਲਿੱਪ ਦੇਖੋ ਤੁਹਾਡੇ ਬੈਂਕ ਦੀ ਕਹਿੰਦਾ ਮੈਂ ਕਿਹਾ ਨੋਟ ਕਹਿੰ ਇਹਨਾਂ ਨੇ ਵੀ ਤੁਹਾਡੇ ਬੈਂਕ ਤੋਂ ਆਉਂਗੇ ਮੈਂ ਸਵੇਰੇ ਸਟੋਰੀ ਕਰਤੀ ਵੀ ਬੈਂਕ ਮੈਨੇਜਰ ਨੇ ਨਾ ਐਫ ਆਈ ਆਰ ਦਰਜ ਕਰਾਈ ਹੈ ਨਾ ਇਹ ਨੋਟ ਉਹਨੇ ਦਿੱਤੇ ਇਹ ਨੋਟ ਉਹ ਲੈ ਕੇ ਆਏ ਸੀ ਉਹਨੇ ਸਲਿੱਪਾਂ ਲਾ ਦਿੱਤੀਆਂ ਉਹਨੇ ਫਿਰ ਮੈਨੂੰ ਸੱਚੀ ਗੱਲ ਦੱਸਤੀ ਕਹਿੰਦਾ ਸਾਡੇ ਕੋਲ ਪੁਲਿਸ ਵਾਲੇ ਲੈ ਕੇ ਆਏ ਸੀ ਨੋਟ ਤੇ ਉਹਨਾਂ ਨੂੰ ਕਿਹਾ ਵੀ ਇਹ ਬੈਂਕ ਦੀਆਂ ਸਲਿੱਪਾਂ ਲਾ ਦਿਓ ਤੇ ਮੇਰੇ ਵਰਕਰਾਂ ਨੇ ਸਲਿੱਪਾਂ ਲਾਤੀਆਂ ਸਟਾਫ ਨੇ ਤੇ ਕਹਿੰਦਾ ਅੱਛਾ ਇਹ ਕਹਾਣੀ ਬਣਾ ਲਈਏ ਲੋ ਜੀ ਉਹ ਖਬਰ ਛਪ ਗਈ ਸਾਡੇ ਫਰੰਟ ਪੇਜ ਤੇ ਇਹ ਸਾਰੇ ਐਕਸਪੋਜ਼ ਹੋ ਗਏ ਕਿਉਂਕਿ ਜੇ ਬੈਂਕ ਦੇ 15 ਲੱਖ ਰੁਪਏ ਲੁੱਟੇ ਜਾਣ ਤੇ ਬੈਂਕ ਦਾ ਜਿਹੜਾ ਉੱਪਰ ਦਾ ਹੈੱਡ ਕੁਆਟਰ ਹੈ ਉਹ ਵੀ ਪ੍ਰੈਸ ਕਾਨਫਰੰਸ ਕਰੇ ਕੁਝ ਕਰੇ ਉਸ ਖਬਰ ਤੇ ਫਿਰੇ ਬੜੇ ਚਿੜ ਗਏ ਕਿ ਵੀ ਇਹਨਾਂ ਦਾ ਪੱਠਾ ਬੈਠ ਗਿਆ ਉਹ ਜਿਹੜੀ ਇਨਵੈਸਟੀਗੇਸ਼ਨ ਆ ਬਾਅਦ ਚ ਹੋਈਆਂ ਉਹਦੇ ਵਿੱਚ ਜਿਹੜੀ ਇਹਨਾਂ ਨੇ ਪ੍ਰੈਸ ਕਾਨਫਰੈਂਸ ਕੀਤੀ ਗਈ ਉਹਦੀ ਵੀ ਡਿਟੇਲ ਇਨਵੈਸਟੀਗੇਸ਼ਨ ਹੋ ਕੇ ਪਾਰਟ ਆਫ ਇਸਾ ਬਣੀ ਜੀ ਤੋਂ ਮੇਰੇ ਕੋਲ ਆਈ ਹੋਈ ਵੀ ਮੈਂ ਕਿਹਾ ਵੀ ਮੈਂ ਪੁਲਿਸ ਤੇ ਇਹਦਾ ਦਖਲ ਨਹੀਂ ਦਿੰਦਾ ਮੈਂ ਤੁਸੀਂ ਮੈਂ ਰਿਪੋਰਟ ਕੀਤੀ ਉਹਦੇ ਤੁਸੀਂ ਆਪਣੇ ਮੈਂ ਪਾਰਟ ਆ ਕੋਈ ਮੈਂ ਰਿਕਾਰਡ ਨਹੀਂ ਕਰਾਂ ਜੀ ਉਹ ਰੜਕ ਸੀ ਇਹਨਾਂ ਨੂੰ ਤੋਂ ਬੋਏ ਬੁਲਿਸ ਅਫਸਰ ਰੜਕ ਨਿਕਲੀ ਕਿੱਥੇ ਜਾ ਕੇ ਨਹੀਂ ਨਹੀਂ ਨਿਕ ਰੜਕ ਕਟਣੀ ਚਾਹੁੰਦੇ ਸੀ ਪਰ ਮੈਨੂੰ ਇੱਕ ਆਈਜੀ ਨੇ ਇਹ ਦੱਸ ਦਿੱਤਾ ਵੀ ਤੈਨੂੰ ਮਾਰਨ ਲਈ ਮੇਰੇ ਤੋਂ ਪਰਮਿਸ਼ਨ ਲੈਣ ਆਏ ਸੀ ਵੀ ਤੇਰਾ ਫੇਕ ਐਨਕਾਊਂਟਰ ਕਰਨਾ ਹੈ ਤੇ ਤੂੰ ਅੰਮ੍ਰਿਤਸਰ ਆਇਆ ਹੈ ਤੇ ਤੂੰ ਇਹਨਾਂ ਤੋਂ ਬਚ ਕੇ ਰਹਿਣਾ ਕੌਣ ਕੌਣ ਸੀ ਉਹਨਾਂ ਚ ਚਲੋ ਅਫਸਰ ਕੋਈ ਵੀ ਹੋਵੇ ਮੈਂ ਨਾਂ ਨਹੀਂ ਲੈਣਾ ਚਾਹੁੰਦਾ ਪਰ ਮੈਂ ਜਿਹੜੀ ਆਪਣੀ ਕਿਤਾਬ ਲਿਖਾਂਗਾ ਉਸ ਅਫਸਰ ਨੂੰ ਪੁੱਛ ਕੇ ਮੈਂ ਨਾਂ ਬਾਦਿਆਂਗਾ ਕਿਉਂਕਿ ਅਫਸਰ ਹਲੇ ਜ਼ਿੰਦਾ ਹੈ ਜਿਹਦੇ ਨਾਂ ਲਿਆ ਉਹਨੇ ਉਹ ਵੀ ਜ਼ਿੰਦਾ ਹੈ ਤੇ ਉਹਨੇ ਕਿਹਾ ਵੀ ਦੋ ਇਹਨਾਂ ਤੋਂ ਬਚ ਕੇ ਰਹਿਣਾ ਇਹ ਤੇ ਮੈਂ ਇਹਨਾਂ ਨੂੰ ਉਹਨੇ ਅਫਸਰ ਨੇ ਜੋ ਮੈਨੂੰ ਹੋਰ ਪਰਸਨਲ ਗੱਲਾਂ gehੀਆਂ ਕਹਿੰਦਾ ਹੁਣ ਇਹ ਤੈਨੂੰ ਮਾਰਨਗੇ ਨਹੀਂ ਕਿਉਂਕਿ ਗੱਲ ਮੇਰੇ ਤੱਕ ਪਹੁੰਚ ਗਈ ਏ ਤੇ ਤੈਨੂੰ ਬਣਾ ਰਹੇ ਸੀ ਜਿਹੜੇ ਇੰਦਰਾ ਗਾਂਧੀ ਦੇ ਕਾਤਲ ਸੀਗੇ ਉਹੀ ਇੱਕ ਰਾਤ ਤੇਰੇ ਲੁਧਿਆਣੇ ਘਰ ਚ ਰਹੇ ਤੇ ਉਹਨਾਂ ਨੂੰ ਤੂੰ ਪ੍ਰੈਸ ਨੋਟ ਵੀ ਬਣਾ ਕੇ ਦਿੱਤੇ ਤੇ ਇਹ ਸਾਜ਼ਿਸ਼ਦਾਨੋਂ ਉਹ ਤੇਰਾ ਅਨਕਾਊਂਟਰ ਕਰਨਾ ਚਾਹੁੰਦੇ ਸੀ ਪੂਰੀ ਤਿਆਰੀ ਸੀ ਅੱਛਾ ਹੁਣ ਉਹਨਾਂ ਨੂੰ ਇਹ ਨਹੀਂ ਸੀ ਪਤਾ ਜਿਹੜੇ ਅਫਸਰ ਨੇ ਮੈਨੂੰ ਦੱਸਿਆ ਉਹ ਮੇਰੇ ਲੁਧਿਆਣੇ ਵਾਲੇ ਘਰ ਦੇ ਵਿੱਚ ਇੱਕ ਵਾਰੀ ਮੈਂ ਉਹਨੂੰ ਇਨਵਾਈਟ ਕੀਤਾ ਤੇ ਉਹ ਅਫਸਰ ਆ ਗਿਆ ਹੂੰ ਖਾਣਾ ਖਾਦਾ ਸੀ ਤੇ ਉਹਨਾਂ ਨੂੰ ਮੇਰੀ ਉਹਦੇ ਨਾਲ ਪੁਰਾਣੀ ਬੜੀ ਲੰਬੀ ਸਾਂ ਸੀ ਜਦੋਂ ਐਸਐਸਪੀ ਹੁੰਦਾ ਸੀ ਫਿਰ ਉਹ ਡੀਆਈਜੀ ਬਣਿਆ ਉਹ ਸੋ ਮੈਂ ਦੱਸਦਾ ਕਿ ਵੀ ਉਹ ਫਿਰ ਮੇਰਾ ਬਚਾਅ ਹੋ ਗਿਆ ਹੂੰ ਮੇਰਾ ਬਚਾਅ ਹੋ ਗਿਆ ਸੋ ਇਦਾਂ ਦਾ ਖਤਰੇ ਬੜੇ ਸੀਗੇ ਜ਼ਿੰਦਗੀ 'ਚ ਹੂੰ ਕਈ ਹੋਰ ਕੇਸ ਹੈ ਉਹ ਜੇ ਆਏ ਇੱਕ ਮੈਂ ਖਬਰ ਲਾ ਦਿੱਤੀ ਜੀਤ ਸਿੰਘ ਜੀਤਾ ਸੀਗਾ ਲੁਧਿਆਣੇ ਕੋਲ ਉਹਦਾ ਪਿੰਡ ਸੀਗਾ ਜੀ ਮੈਂ ਨਾਂ ਭੁੱਲ ਗਿਆ ਪਿੰਡ ਦਾ ਜੀ ਉਹ ਹਵੇਲੀ ਚ ਲੁਕਿਆ ਹੋਇਆ ਸੀ ਤੇ ਉਹਦੀ ਹਵੇਲੀ ਵਿੱਚ ਉਹਦਾ ਇਨਕਾਊਂਟਰ ਹੋਇਆ ਹੈ ਜੀ ਉਸ ਇਨਕਾਊਂਟਰ ਚ ਪੁਲਿਸ ਨੇ ਇੰਨੀ ਨਜਾਇਜ਼ ਕੀਤੀ ਪਹਿਲੇ ਤੇ ਉਹਦੇ ਪਿੰਡ ਵਿੱਚ ਇੱਕ ਰੇੜੇ ਵਾਲਾ ਸੀਗਾ ਜਿਹਦੇ ਕੋਲ ਬਲਦਾਂ ਦਾ ਰੇੜਾ ਸੀ ਤੇ ਰੇਤਾ ਇਟਾਂ ਟੰਡਾ ਸੀ ਉਹਨੂੰ ਵਿੱਚ ਪਾ ਲਿਆ ਤੇ ਉਹਨੂੰ ਕਿਹਾ ਕਿ ਵੀ ਤੂੰ ਉੱਪਰ ਜਾ ਕੇ ਤੇ ਉਹਨੂੰ ਕਹੇ ਸਰੈਂਡਰ ਕਰ ਦੇ ਜੀ ਤੋਂ ਜਿਹੜਾ ਉਹ ਜੀਤਾ ਸੀਗਾ ਜੀਤ ਸਿੰਘ ਜੀਤਾ ਮਿਲਿਟੈਂਟ ਉਹਨੇ ਕਿਹਾ ਵੀ ਜਿਹੜਾ ਵੀ ਐ ਤੂੰ ਵਾਪਸ چلا ਜਾ ਉਹਦੇ ਪਿੱਛੇ ਪੁਲਿਸ ਵਾਲੇ ਉਹਨੂੰ ਅੱਗੇ ਕਰ ਰਹੇ ਸੀ ਉਹ ਉਹ ਮਾਰ ਦਿੱਤਾ ਉਹਨੇ ਉਹਦੇ ਬਾਅਦ ਉਹਦੀਆਂ ਭੈਣਾਂ ਲੈ ਆਏ ਪਿੰਡਾਂ ਤੋਂ ਜਿੱਥੇ ਕਿੱਥੇ ਸੋਰਿਆਂ ਦੇ ਬਈਆਂ ਹੋਈਆਂ ਸੀਗੀਆਂ ਜੀਤੇ ਦੀਆਂ ਉਹਨਾਂ ਨੂੰ ਕਿਹਾ ਬਈ ਵੀਰੇ ਤੂੰ ਛੱਡ ਦੇ ਸਰੈਂਡਰ ਕਰ ਦੇ ਉਹਨੇ ਕਿਹਾ ਵੀ ਤੁਸੀਂ ਚੱਲੇ ਜੋ ਨਹੀਂ ਤੇ ਮੈਂ ਗੋਲੀਆਂ ਚ ਉਹਨੇ ਗੋਲੀਆਂ ਛਲਾ ਦਿੱਤੀਆਂ ਉਹਦੀ ਇੱਕ ਪੈਣ ਅੰਨੀ ਵੀ ਹੋ ਗਈ ਇਹ ਕੇਸ ਮੈਂ ਕੀਤਾ ਰਿਪੋਰਟ ਇਹ ਰਿਪੋਰਟ ਹੁਣ ਸਾਨੂੰ ਤੇ ਪੁਲਿਸ ਵਾਲੇ ਹੀ ਦੱਸਦੇ ਸੀ ਵੀ ਕੀ ਹੋਇਆ ਪੁਲਿਸ ਵਾਲੇ ਇਸ ਲਿੰਸੇ ਦੱਸ ਰਹੇ ਉਹ ਕਹਿੰਦੇ ਯਾਰ ਉਹ ਬੜੀ ਨਜਾਇਜ਼ ਹੋਈ ਹੈ ਉਹ ਇਸ ਪਿੰਡ ਦਾ ਢੋਂਦਾ ਸੀ ਉਹ ਰੇਤਾ ਇਟਾਂ ਤੇ ਉਹ ਉੱਪਰ ਪੇਜਿਆ ਇਹਨਾਂ ਨੇ ਤੇ ਮਾਰੇ ਆ ਗਿਆ ਫਿਰ ਜਿਸ ਵੇਲੇ ਮੈਨੂੰ ਇਹ ਪਤਾ ਲੱਗ ਗਿਆ ਮੈਂ ਦੂਸਰੇ ਅਫਸਰ ਕੋਲ ਗਿਆ ਤੀਸਰੇ ਨਹੀਂ ਇੱਕ ਦਾਸਤਾ ਉਹਦੀਆਂ ਪੈਣਾ ਵੀ ਭੇਜੀਆਂ ਸੀਗੀਆਂ ਕਿਉਂਕਿ ਪਈ ਪੁਲਿਸ ਵਾਲੇ ਨੂੰ ਸympathy ਵੀ ਹੁੰਦੀ ਹੈ ਕਿ ਵੀ ਅਨਿਆਏ ਹੋ ਰਿਹਾ ਬਹੁਤ ਜ਼ਿਆਦਾ ਤੇ ਉਹ ਮੈਂ ਰਿਪੋਰਟ ਕਰਦੀ ਔਰ ਬੋਲਡ ਕਰਦੀ ਤੇ ਮੈਂ ਕੇਬੀਐਸ ਸਿੱਧੂ ਜਿਹੜਾ ਐਡੀਸ਼ਨਲ ਚੀਫ ਸਕੱਟਰੀ ਰਿਟਾਇਰ ਹੋਇਆ ਉਹ ਐਸਐਸਪੀ ਅੰਮ੍ਰਿਤਸਰ ਸੀ ਉਹ ਨਾ ਕੋਲ ਚਲਾ ਗਿਆ ਮੈਂ ਇਹ ਨਹੀਂ ਹੋਈ ਹੈ ਹਿਊਮਨ ਰਾਈਟਸ ਦਾ ਕੁਐਸਚਨ ਹੈ ਵੀ ਇਹਦੀ ਇਨਕੁਆਰੀ ਤੁਸੀਂ ਕਰੋਗੇ ਉਨੇ ਨੂੰ ਹੁਣ ਪਤਾ ਨਹੀਂ ਬੇਸਮਝੀ ਚ ਕਹਿਤਾ ਜਿਉ ਉਹਨੂੰ ਸਮਝ ਨਹੀਂ ਸੀ ਕੇ ਪੀਐਸ ਗਿੱਲ ਨੂੰ ਨੇ ਕਿਹਾ ਵੀ ਇਨਕੁਆਇਰੀ ਤੇ ਹੋਣੀ ਚਾਹੀਦੀ ਹੈ ਮੈਂ ਇਨਕੁਆਇਰੀ ਆਰਡਰ ਕਰ ਦਿਆਂ ਜੀ ਮੈਂ ਇਹ ਖਬਰ ਲਗਾਤੀ ਜਦੋਂ ਇਹ ਖਬਰ ਛਪ ਗਈ ਤੇ ਸਵੇਰੇ ਕੇਪੀਐਸ ਗਿੱਲ ਨੇ ਟੈਲੀਫੋਨ ਕੀਤਾ ਕੇਬੀਐਸ ਸਿੱਧੂ ਨੂੰ ਹੂੰ ਤਾਂ ਕੇਬੀਐਸ ਸਿੱਧੂ ਦੀ ਵਾਈਫ ਹਤੇ ਇਨਕਮ ਟੈਕਸ ਅਸਿਸਟੈਂਟ ਇਨਕਮ ਟੈਕਸ ਕਮਿਸ਼ਨਰ ਸੀ ਅੰਮ੍ਰਿਤਸਰ ਮੈਂ ਟੜਕੇ ਦੇਖਾਂ ਦੋਨੋਂ ਮੇਰੇ ਘਰ ਆ ਗਏ ਸਵੇਰੇ ਸਵੇਰੇ ਹੂੰ ਮੈਂ ਬੜਾ ਰਾਨ ਹੋਇਆ ਵੀ ਇੰਨੀ ਤੜਕੀ ਉਹਨਾਂ ਨੂੰ ਕੇਪੀਐਸ ਗਿੱਲ ਨੇ ਕਿਹਾ ਸੀ ਵੀ ਤੂੰ ਇਹ ਰਿਪੋਰਟ ਡਿਨਾਈ ਕਰਵਾ ਨਹੀਂ ਤੇ ਫਿਰ ਤੇਰੀ ਮੈਂ ਦੇਖੇਗਾ ਕੀ ਹੁੰਦਾ ਤੇਰੇ ਨਾਲ ਤੇਰੀ ਸਬਸਿਕਿਉਰਟੀ ਵੀ ਡਰਾ ਹੋ ਜਾਏਗੀ ਮੇਰੇ ਜੀ ਉਹਨਾਂ ਨੇ ਬੰਨੀਆਂ ਮਿੰਥਾਂ ਕੀਤੀਆਂ ਦੋਨਾਂ ਨੇ ਵੀ ਤੁਸੀਂ ਇਹਦਾ ਮੈਂ ਕਹਾਂ ਜੀ ਤੁਸੀਂ ਇਹਦਾ ਡਿਨਾਈਲ ਭੇਜ ਦਿਓ ਮੈਂ ਤੁਹਾਡਾ ਡਿਨਾਈਲ ਵੀ ਛਾਪ ਦੇਵਾਂਗਾ ਤੇ ਜੋ ਕੁਝ ਮੈਂ ਕਹਿਣਾ ਉਹ ਵੀ ਚਲੋ ਉਹ ਦੂਜੇ ਦਿਨ ਖਬਰ ਲੱਗੀ ਤੇ ਉੱਪਰ ਡਨਾਇਲ ਲੱਗ ਗਿਆ ਥੱਲੇ ਮੈਂ ਗਿਆ ਹੀ ਸਟੈਂਡ ਬਾਈ ਸਟੋਰੀ ਮੈਂ ਇਨਨੇ ਵਜੇ ਮਿਲਿਆ ਇਹਦੇ ਦਫਤਰ ਗਿਆ ਇਹਨੇ ਕਿਹਾ ਪਰ ਹੁਣ ਇਹਦੇ ਤੇ ਕੇਪੀਐਸ ਗਿਲ ਦਾ ਇਨਾ ਪ੍ਰੈਸ਼ਰ ਹੈ ਕਿ ਇਹਨਾਂ ਦੀ ਬਿਸਕੁਇਟੀ ਵੀ ਡਰਾ ਕਰ ਲੇਗਾ ਇਹ ਦੋਨੋਂ ਮੀਆਂ ਬੀਬੀ ਕਬਰਾਏ ਸਾਰਾ ਉਹ ਖਬਰ ਛਪ ਗਈ ਤੇ ਮੈਂ ਦੱਸਦਾ ਵੀ ਇਦਾਂ ਹੀ ਜਦੋਂ ਸਰੈਂਡਰ ਹੁੰਦੇ ਸੀ ਹੁਣ ਮੈਂ ਤੁਹਾਨੂੰ ਸਰੈਂਡਰਾਂ ਦੀ ਸਟੋਰੀ ਦੱਸਦਾ ਜਿਹੜੇ ਉਸ ਵੇਲੇ ਵੀ ਪੁਲਿਸ ਅਫਸਰ ਸੀ ਸਾਰੇ ਨਾਂ ਤੇ ਧੋਖੇਬਾਜ਼ ਸੀ ਨਾ ਉਹ ਮੁੰਡਿਆਂ ਨੂੰ ਨਾਜਾਇਜ਼ ਮਾਰਨ ਵਾਲੇ ਸੀ ਬਹੁਤ ਸਾਰਿਆਂ ਦਾ ਜਿਹੜੇ ਫੇਕ ਐਨਕਾਊਂਟਰ ਹੁੰਦੇ ਸੀ ਉਹਦੇ ਸਿੰਪਤੀ ਵੀ ਹੁੰਦੀ ਸੀ ਤੇ ਮੈਂ ਇੱਕ ਦਿਨ ਸਰੈਂਡਰ ਹੋਏ ਬੰਦੇ ਤੇ ਮੈਨੂੰ ਐ ਲੱਗਿਆ ਵੀ ਇਹ ਪੁਲਸੀਏ ਲੱਗਦੇ ਮੈਨੂੰ ਉਹਦੇ 2-3 ਬੰਦੇ ਮੈਨੂੰ ਐ ਲੱਗੇ ਸਰੈਂਡਰ ਚ ਮੈਜ ਅਫਸਰ ਨੂੰ ਕਿਹਾ ਮੈਂ ਯਾਰ ਇਹ ਤੇ ਬੰਦੇ ਪੁਲਿਸ ਵਾਲੇ ਲੱਗਦੇ ਮੈਨੂੰ ਇਹਨਾਂ ਤੇ ਕੋਈ ਇਹਨਾਂ ਨੂੰ ਡਰ ਨਹੀਂ ਭੈ ਨਹੀਂ ਵੀ ਐ ਹੱਥ ਖੜੇ ਕਰਤੇ ਹਥਿਆਰ ਵੀ ਦੇ ਦਿੱਤੇ ਹਥਿਆਰ ਉਹਨਾਂ ਕੋਲ ਕਿੱਥੋਂ ਆਏ ਉਹ ਪੁਲਿਸ ਨੇ ਹੀ ਉਹਨਾਂ ਨੂੰ ਹਥਿਆਰ ਦਿੱਤੇ ਹੋਏ ਸੀ ਜਿਹੜੇ ਉਹ ਸਰੈਂਡਰ ਕਰ ਰਹੇ ਸੀ ਉਹਦੇ ਨਾਲ ਇੱਕ ਸਰੈਂਡਰ ਕਰਨ ਦਾ ਮਾਹੌਲ ਕ੍ਰੀਏਟ ਹੋ ਰਿਹਾ ਸੀ ਪੰਜਾਬ 'ਚ ਵੀ ਲੋਕ ਹੁਣ ਮਿਲਿਟੈਂਟ ਸਰੈਂਡਰ ਕਰਨ ਲੱਗ ਗਏ ਦੋ ਮਿਲਿਟੈਂਟਾਂ ਤੋਂ ਸਰੈਂਡਰ ਕਰਾਣਾ ਤੇ ਜਿਹੜੇ ਨਾਲ 15 ਹੋਰ ਹੋਣੇ ਉਹ ਉਹਨਾਂ ਦੇ ਪੁਲਿਸ ਦੀ ਕਨਸਟੇਬਲਰੀ ਹੋਈ ਹੁੰਦੀ ਸੀ ਹੂੰ ਉਹਨਾਂ ਨੂੰ ਪੁਲਿਸ ਵਾਲਿਆਂ ਦੇ ਹਥਿਆਰ ਦੇ ਤੇ ਜੀ ਸਵੇਰੇ ਖਬਰਾਂ ਲੱਗ ਜਾਂਦੀਆਂ ਸੀ ਵੀ ਇਨੀਆਂ AK47 ਇਨੀਆਂ ਉਹ ਸਰੈਂਡਰ ਚ ਆਈਆਂ ਤੇ ਇਹਨੇ ਬੰਦੇ ਫਲਾਣਾ ਹਰਗ ਨਾਲ ਤੇ ਉਹ ਲੈਫਟੀਨੈਂਟ ਜਰਨਲ ਆ ਦਿੰਦੇ ਸੀ ਇਹ ਲੈਫਟੀਨੈਂਟ ਜਰਨਲ ਬਟਾਲਾ ਲੈਫਟੀਨੈਂਟ ਜਰਨਲ ਦਾ ਖਾ ਇਹ ਉਹ ਲੱਗੇ ਲਾਲੂ ਕੇ ਤੇ ਸਾਡੇ ਅਸੀਂ ਕੀ ਅਸੀਂ ਨਾ ਭੇਜਦੇ ਤੇ ਉਹਨਾਂ ਦੀ ਚੰਡੀਗੜ੍ਹੋਂ ਲੱਗ ਜਾਂਦੀ ਸੀ ਜੋ GPS ਗਿਲ ਕਹਿੰਦਾ ਸੀ ਅਖਬਾਰਾਂ 'ਚ ਤੇ ਉਹ ਹੀ ਛਪਦਾ ਸੀਗਾ ਉਹ ਛਪ ਛਪ ਗਿਆ ਸਵੇਰੇ ਬਿਨਾਂ ਲੈਫਟੀਨੈਂਟ ਜਨਰਲ ਫੜ ਲਏ ਇਹ ਫੜ ਲੇ ਫਿਰ ਨਾ ਉਹ ਡੇਟ ਦਿੰਦਾ ਸੀ ਕੇ ਪੀਐਸ ਕੇ ਇਹ ਬੜੀ ਇੰਪੋਰਟੈਂਟ ਗੱਲ ਸੀ ਡੇਟ ਇਸ ਤਰ੍ਹਾਂ ਦਿੰਦਾ ਸੀ ਵੀ ਹੁਣ ਪੁਰਾਣੀ ਤਰੀਕ ਫਲਾਣਾ ਫਲਾਣਾ ਸਾਡੇ ਕੋਲ ਸਿਲੰਡਰ ਕਰਿਆ ਉਹ ਜਿਹੜੇ ਸਰੈਂਡਰ ਕਰਦੇ ਸੀ ਉਹ ਦੋ ਬੰਦੇ ਜਿਨ੍ਹਾਂ ਦਾ ਨਾਮ ਲੈ ਕੇ ਜਾਂਦਾ ਸੀ ਉਹੀ ਹੁੰਦੇ ਸੀ ਪਰ ਉਹਦੇ ਨਾਲ ਉਹ 25 30 ਹੋਰ ਉਹਨ ਕਿਸੇ ਨੇ ਰਿਕਾਰਡ ਤੇ ਰੱਖਿਆ ਨਹੀਂ ਵੀ ਜਿਹੜੇ ਸਰੈਂਡਰ ਹੋਏ ਉਹ ਕਿੱਥੇ ਗਏ ਜੀ ਕੁਈ ਰਿਕਾਰਡ ਹੋਣਾ ਚਾਹੀਦਾ ਨਾ ਤੁਸੀਂ فرض ਕਰੋ ਪੰਜਾਬ ਵਿੱਚ 200 ਸਰੈਂਡਰ ਕਰਾਇਆ ਮਿਲਿਟੈਂਟ ਤੇ ਉਹ ਕਿੱਥੇ ਗਏ ਹੁਣ ਉਹਨਾਂ ਨੂੰ ਸਜਾਵਾਂ ਹੋਈਆਂ ਨਾ ਕੇਸ ਹੋਏ ਨਾ ਕੋਰਟਾਂ 'ਚ ਪੇਸ਼ ਕੀਤੇ ਨਾ ਕੁਝ ਨਾ ਕੀਤੇ ਨਾ ਉਹ ਤਾਂ ਇੱਕ ਸਰੈਂਡਰ ਦਾ এনਵਾਇਰਨਮੈਂਟ ਕ੍ਰੀਏਟ ਕਰਨਾ ਡਰਾਮਾ ਸੀ ਵੀ ਜੇ ਤੁਸੀਂ ਸਰੈਂਡਰ ਕਰਦੇ ਹੋਗੇ ਤੁਹਾਨੂੰ ਛੱਡ ਦੇਾਂਗੇ ਮਾਫ ਕਰਨਾ ਸੋ ਇੱਕ ਮੈਨੂੰ ਇਹ ਪਤਾ ਲੱਗਾ ਵੀ ਇਹ ਸਰੈਂਡਰ ਦਾ ਡਰਾਮਾ ਕੀ ਹੈ ਫਿਰ ਮੈਨੂੰ ਇੱਕ ਪੁਲਿਸ ਅਫਸਰ ਨੇ ਸਾਰੀ ਡਿਟੇਲ ਦੱਸ ਹੀ ਦਿੱਤੀ ਉਹ ਕਹਿੰਦਾ ਵੀ ਐਂ ਹੁੰਦਾ ਹੁਣ ਇਦਾਂ ਹੀ ਐ ਇਦਾਂ ਹੀ ਖਤਮ ਹੋਊਗੀ ਤੋਂ ਉਹ ਫਿਰ ਇੱਕ ਡੇਡ ਦੇ ਦਿੱਤੀ ਮੈਂ ਉਦੋਂ ਉੱਥੇ ਸੀ ਕੇ ਪੀਐਸ ਗੱਲ ਨੇ ਵੀ ਕੱਲ ਤੋਂ ਫਲਾਣੀ ਡੇਡ ਤੋਂ ਬਾਅਦ ਆਖਰੀ ਇਹ ਹੈਗਾ ਮਿਲਿਟੈਂਟ ਟੈਰਰਿਸਟ ਜੋ ਵੀ ਉਹ ਕਹਿੰਦੇ ਸੀ ਤੇ ਉਸ ਤੋਂ ਬਾਅਦ ਪੰਜਾਬ 'ਚ ਮਿਲਿਟੈਂਸੀ ਖਤਮ ਹੋ ਜਾਏਗੀ ਉਹ ਡਰਾਮਾ ਜਿਹਾ ਕੀਤਾ ਉਹਨਾਂ ਨੇ ਤੇ ਖਤਮ ਹੋ ਗਈ ਪੰਜਾਬ ਚ ਮਿਲਿਟੈਂਸੀ ਇਕਦਮੀ ਬੰਦਾ ਕੋਈ ਰਿਆ ਹੀ ਨਹੀਂ ਇੱਕ ਜਿਹੜਾ ਨਾਈਟ ਡੋਮਿਨੇਸ਼ਨ ਕਰਦੇ ਸੀ ਨਾਈਟ ਡੋਮਿਨੇਸ਼ਨ ਜੇ ਹੁੰਦੀ ਸੀ ਵੀ ਅੰਮ੍ਰਿਤਸਰ ਚ ਪੁਲਿਸ ਰਾਤ ਨੂੰ 12 ਵਜੇ ਪੱਤਰਕਾਰਾਂ ਨੂੰ ਦਾਰੂ ਦੂਰੂ ਪਿਆ ਕੇ ਮੋਨ ਇੰਟਰਨੈਸ਼ਨਲ ਰੋਟੀ ਰੋਟੀ ਖਵਾ ਕੇ ਜੀਪਾਂ ਦਿੱਤੀਆਂ ਹੁੰਦੀਆਂ ਸੀ ਅੱਗੇ ਜੀਪਾਂ ਤੇ ਗਨ ਲੱਗੀਆਂ ਹੁੰਦੀਆਂ ਸੀ ਜੀਪਾਂ ਜਾਂਦੀਆਂ ਸੀ ਪਿੱਛੇ ਪਿੱਛੇ ਪੱਤਰਕਾਰਾਂ ਦੀਆਂ ਗੱਡੀਆਂ ਹੁੰਦੀਆਂ ਸੀ ਉਹ ਜਿਹੜਾ ਜਿਹੜਾ ਮੰਡ ਏਰੀਆ ਸੀ ਬਿਆਸ ਵਾਲਾ ਉਸ ਕੁਮਾਕੂ ਮੂ ਕਿਲੇ ਆਂਦੇ ਸੀ ਵੀ ਨਾਈਟ ਡਾਮਿਨੇਸ਼ਨ ਹੋ ਗਈ ਇੱਥੇ ਕੋਈ ਹੈ ਨਹੀਂ ਸੋ ਇਦਾਂ ਦੇ ਯੂ ਸੀ ਸਟੇਟਾਂ ਨੂੰ ਕਰਨੇ ਵੀ ਪੈਂਦੇ ਨੇ ਮੈਂ ਬਾਅਦ ਹੁਣ ਰਿਅਲਾਈਜ਼ ਕਰਦਾ ਵੀ ਸਟੇਟ ਨੇ ਇਸ ਮੂਵਮੈਂਟ ਨੂੰ ਫੇਲ ਕਰਨਾ ਸੀ ਇਹਦੇ ਚ ਪੈਨੀਟ੍ਰੇਸ਼ਨ ਕੀਤੀ ਉਹਨਾਂ ਨੇ ਆਪਣੇ ਬੰਦੇ ਵਾੜੇ ਪੁਲਸੀਆ ਵਾੜੇ ਉਹਨਾਂ ਪੁਲਸੀਆ ਨੇ ਵੀ ਬੰਦੇ ਮਾਰੇ ਉਹਨਾਂ ਪੁਲਸੀਆ ਨੇ ਵੀ ਰੇਪ ਕੀਤੇ ਤਾਂ ਜੋ ਲੋਕ ਜਿਹੜੇ ਉਹਨਾਂ ਨੂੰ ਵਿਸ਼ਵਾਸ ਹੋ ਜਾਏ ਮਿਲੀਟੈਂਟਾਂ ਨੂੰ ਵੀ ਇਹ ਜਿਹੜਾ ਬੰਦਾ ਹੈ ਜੈਨੂਅਨ ਹੈ ਤੇ ਬਾਅਦ ਜੋ ਸਾਰੇ ਬੰਦੇ ਤੁਹਾਡੇ ਸਾਹਮਣੇ ਹੀ ਹੈ ਵੀ ਜੋ ਕੁਝ ਹੋਇਆ ਪਿੰਕੀ ਵੀ ਹੁੰਮਦਾ ਤੇ ਖਾਲਸਤਾਨੀ ਡਾਕਟਰ ਸੋਨ ਸਿੰਘ ਵੀ ਆ ਕੇ ਲੈਂਡ ਕਰ ਗਿਆ ਤੇ ਚੁੱਪ ਕਰਕੇ ਕਾਰ ਬੈਠਾ ਸੋਨ ਸਿੰਘ ਬੋਪਰਾਏ ਆਈਐਸ ਬੋਪਰਾਏ ਦਾ ਫਾਦਰ ਹੈ ਤੇ ਉਹ ਜਿਹੜਾ ਸੀਗਾ ਜਗਜੀਤ ਸਿੰਘ ਚਵਾਨ ਉਹ ਮਨਿਸਟਰ ਵੀ ਰਿਹਾ ਅਕਾਲੀ ਦਲ ਟੁੰਡਾ ਉਹ ਵੀ ਲੰਡਨ ਤੋਂ ਆਇਆ ਮੈਂ ਉਹਦਾ ਦਫਤਰ ਵੀ ਲੰਡਨ ਗਿਆ ਸੀ ਦੇਖਿਆ ਮੈਂ ਅੰਦਰ ਨਹੀਂ ਗਿਆ ਹਾਈਡ پارک ਦੇ ਨੇੜੇ ਬੜੀ ਮਹਿੰਗੀ ਥਾਂ ਤੇ ਖਾਲਿਸਤਾਨ ਦਾ ਦਫਤਰ ਸੀ ਝੰਡੇ ਝੁੰਡੇ ਲੱਗੇ ਸੀ ਮੈਂ ਅੰਦਰ ਧਿਆਨ ਅੰਦਰ ਨਹੀਂ ਗਿਆ ਵੀ ਐਵੇਂ ਮੈਨੂੰ ਇਹਨਾਂ ਜਾ ਕੇ ਭਾ ਤੁਸੀਂ ਬਹੁਤ ਨਿੱਕਿਆਂ ਤੋਂ ਲੈ ਕੇ ਵੱਡੀਆਂ ਕਹਾਣੀਆਂ ਸਾਂਝੀਆਂ ਕੀਤੀਆਂ ਨੇ ਗੱਲਾਂ ਹੋਰ ਵੀ ਬਹੁਤ ਨੇ ਕੋਸ਼ਿਸ਼ ਕਰਾਂਗੇ ਅੱਗੇ ਵੀ ਰابطਾ ਜਿਹੜਾ ਕਾਇਮ ਰਹੇ ਤੇ ਤੁਹਾਡੇ ਨਾਲ ਅਸੀਂ ਗੱਲ ਕਰਕੇ ਮਾਣ ਮਹਿਸੂਸ ਕਰ ਰਹੇ ਹਾਂ ਕਿ ਅੱਜ ਤੁਸੀਂ ਉਹ ਸਾਰੀਆਂ ਕਹਾਣੀਆਂ ਆਪਣੀ ਜ਼ੁਬਾਨੀ ਦਸੀਆਂ ਮੈਂ ABC ਪੰਜਾਬ ਦੇ ਦਰਸ਼ਕਾਂ ਨੂੰ ਸਤ ਸ੍ਰੀ ਅਕਾਲ ਜੀ ਤੇ ਉਮੀਦ ਹੈ ਇਹ ਤੁਹਾਨੂੰ ਜਿਹੜੀ ਇੰਟਰਵਿਊ ਅੱਜ ਲਈਏ ਸੰਦੀਪ ਸਿੰਘ ਨੇ ਤੇ ਜਿਹੜੀ ਉਹ ਕਿਤਾਬ ਲਿਖੀ ਆ ਪੁੱਲਰ ਸਾਹਿਬ ਨੇ ਪੁੱਲਰ ਸਾਹਿਬ ਇੱਕ ਉੱਚ ਕੋਟੀ ਦੇ ਪੱਤਰਕਾਰ ਹਨ ਪੰਜਾਬ ਦੇ ਬੜੇ ਇਮਾਨਦਾਰਨ ਔਰ ਵਧੀਆ ਕੰਮ ਕਰਨ ਵਾਲੇ ਨੇ ਉਹਨਾਂ ਦਾ ਚੈਨਲ ਹੈ ਔਰ ਇਹ ਉਹਨਾਂ ਦੀ ਚੌਥੀ ਕਿਤਾਬ ਹੈ ਉਹਨਾਂ ਨੇ ਬੜੀ ਮਿਹਨਤ ਕਰਕੇ ਲਿਖੀ ਹੈ ਔਰ ਉਹਨਾਂ ਨੇ ਸੱਚ ਨੂੰ ਜੋ ਬਿਆਨ ਹੈ ਉਹ ਪੰਜਾਬ ਦੀ ਹਿਸਟਰੀ ਦਾ ਹਿੱਸਾ ਬਣ ਕੇ ਯੂਨੀਵਰਸਟੀਆਂ ਦੀਆਂ ਲਾਇਬ੍ਰੇਰੀਆਂ ਵਿੱਚ ਤੇ ਆਉਣ ਵਾਲੇ ਸਮੇਂ ਵਿੱਚ ਜੋ ਖੋਜ ਹੋਏਗੀ ਉਸ ਖੋਜ ਵਿੱਚ ਇਹ ਕਿਤਾਬਾਂ ਜਿਹੜੀਆਂ ਸਾਈ ਹੋਣਗੀਆਂ ਤੇ ਮੈਂ ਇੰਟਰਵਿਊ ਵੀ ਇਸ ਲਈ ਇਹਨਾਂ ਨੂੰ ਦੇਣ ਲਈ ਮੰਗਿਆ ਕਿਉਂਕਿ ਪਹਿਲੇ ਮੈਂ ਇੱਕ ਆਰਟੀਕਲ ਵੀ ਲਿਖ ਬਠਾ ਜਿਹੜੀ ਮੇਰੀ ਕੇਪੀਐਸ ਗਿਲ ਨਾਲ ਸਾਹਮਣੇ ਆਖ ਨਾਲ ਅੱਖ ਮਲਾ ਕੇ ਗੱਲ ਕੀਤੀ ਮੈਂ ਕੋਈ ਬੰਦਾ ਪੰਜਾਬ ਚ ਜਿਸ ਪੱਤਰਕਾਰ ਨੇ ਜੁੜਤ ਕੀਤੀ ਤੇ ਹੁਣ ਇਹਨਾਂ ਦੀ ਕਿਤਾਬ ਦਾ ਵੀ ਉਹ ਹਿੱਸਾ ਬਣ ਗੀਏ ਮੈਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੈ ਧੰਨਵਾਦ ਜੀ ਬਹੁਤ ਸ਼ੁਕਰੀਆ ਐਸਨ ਸਾਡੇ ਨਾਲ ਸੀਨੀਅਰ ਪੱਤਰਕਾਰ ਜੋ ਖੁਦ ਇੱਕ ਆਪਣਾ ਹੁਣ ਚੈਨਲ ਚਲਾ ਰਹੇ ਨੇ ਅਮਰਿਤ ਪ੍ਰਸਾਰ ਚੰਚਲ ਮਨੋਰ ਸਿੰਘ ਜੀ ਜਿਨ੍ਹਾਂ ਨਾਲ ਅਸੀਂ ਸਾਰੀਆਂ ਗੱਲਾਂ ਬਾਤਾਂ ਉਹਨਾਂ ਦੀ ਜ਼ੁਬਾਨੀ ਸੁਣੀਆਂ ਨੇ ਜੋ ਕਿਤਾਬ ਦਾ ਹਿੱਸਾ ਬਣੀਆ ਹੋਰ ਬਿ ਆਉਣ ਵਾਲੇ ਸਮੇਂ ਚ ਕੋਸ਼ਿਸ਼ ਕਰਾਂਗੇ ਕਿ ਜਈਆਂ ਮੁਲਾਕਾਤਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਰਹੀਏ ਤਾਂ ਕਿ ਸਾਨੂੰ ਹੁਣ ਇੱਥੇ ਬੈਠਿਆਂ ਨੂੰ ਉਹ ਪੁਰਾਣੇ ਵੇਲਿਆਂ ਦੀ ਸਚਾਈ ਪਤਾ ਲੱਗ ਸਕੇ ਕਿ ਸੱਚ ਕੀ ਸੀ ਫਿਲਹਾਲ ਇਸ ਮੁਲਾਕਾਤ ਚ ਹੈ ਨਹੀਂ ਸਾਥੀ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਸੰਦੀਪ ਲਾਦੂ ਕਾ এবੀਸੀ ਪੰਜਾਬ ਚੰਡੀਗੜ੍ਹ